ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸੰਧਿਆ ਵੇਲੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਇਹਨਾਂ ਘੜੀਆਂ ਨੂੰ ਆਪ ਜੀ ਸਫਲਿਆਂ ਬਣਾ ਰਹੇ ਹੋ। ਬੜਭਾਗੜਾ ਵਕਤ ਪ੍ਰਾਪਤ ਹੋਇਆ, ਸਤਿਗੁਰਾਂ ਦੀ ਪਾਵਨ ਮਹਿਮਾ ਦਾ ਆਨੰਦ ਮਾਣੀਏ। ਗਰੀਬ ਨਿਵਾਜ ਸਤਿਗੁਰਾਂ ਦੀ ਪਾਵਨ ਕਥਾ ਦੀ ਕਿਰਪਾ ਸਦਕਾ ਜੋ ਸਮਾਪਤ ਹੋ ਚੁੱਕੀ ਹੈ, ਮਹਾਕਵੀ ਭਾਈ ਸੰਤੋਖ ਸਿੰਘ ਆਪਣਾ ਮੁਆਫੀਨਾਮਾ ਰੱਖ ਰਹੇ ਨੇ, ਜਿਸ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਉਹਨਾਂ ਗੁਰੂ ਅਤੇ ਸੰਗਤ ਨੂੰ ਸਨਮੁਖ ਰੱਖ ਖੁਦ ਨੂੰ ਅਣਜਾਣ ਛੋਟਾ ਜਿਹਾ ਸਾਬਤ ਕਰਕੇ ਗੁਸਤਾਖੀ ਹੁੰਦੀ ਹੈ ਤੇ ਇਸ ਕਥਾ ਦਾ ਫਲ ਵੀ ਉਹਨਾਂ ਦਰਸਾਇਆ ਕਿਵੇਂ ਕਿਵੇਂ ਪ੍ਰਾਪਤ ਹੁੰਦਾ। ਬੜੇ ਅਦਬ ਸਾਹਿਬ ਦਾ ਆਪਾਂ ਸਾਰਿਆਂ ਨੇ ਆਨੰਦ ਮਾਣਿਆ। ਆਓ ਮਨ ਚਿਤ ਵਿਅਕਤੀਆਂ ਨੂੰ ਇਕਾਗਰ ਕਰੀਏ, ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ ਰਜ ਵਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਧਾਰ ਸਤਿਗੁਰ ਬੁਝ ਤਾਈ, ਜਿਉਂ ਜਿਉਂ ਮੋਹੇ ਮਤ ਦੇ ਬਨਵਾਈ। ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਕਥਾ ਜਿਸ ਦੇ ਆਖਰੀ ਪ੍ਰਸੰਗਾਂ ਦਾ ਵਰਣਨ ਕਰਦੇ ਮਹਾਕਵੀ ਭਾਈ ਸੰਤੋਖ ਸਿੰਘ ਸ਼ਰਧਾ ਸਹਿਤ ਲਿਖਦੇ ਨੇ, ਲੱਖਾਂ ਗੁਨਾਹ ਹੋਏ ਹੋਣਗੇ। ਬੜੀਆਂ ਊਣ ਤਾਈਆਂ ਇਸ ਕਥਾ ਵਿੱਚ ਹੋਈਆਂ ਹੋਣਗੀਆਂ, ਕਹਿੰਦੇ ਮੈਂ ਪੂਰਾ ਨਹੀਂ ਅਧੂਰਾ ਹਾਂ, ਬੇਸ਼ੱਕ ਮੈਂ ਅਧੂਰਾ ਹਾਂ ਪਰ ਕਥਾ ਮੈਂ ਪੂਰੇ ਦੀ ਲਿਖੀ ਹੈ। ਉਸ ਪੂਰੇ ਦਾ ਜ਼ਿਕਰ ਕਰਦਿਆਂ ਹੋਇਆ ਜਾਣੇ ਅਣਜਾਣੇ ਗਾਹੇ ਵਗਾਹੇ ਭੁੱਲਾਂ ਗਲਤੀਆਂ ਤੁਰਟੀਆਂ ਊਣਤਾਈਆਂ ਜਿੰਨੀਆਂ ਵੀ ਹੋਈਆਂ ਹੋਣਗੀਆਂ, ਗੁਰੂ ਗ੍ਰੰਥ ਗੁਰੂ ਪੰਥ ਤੇ ਗੁਰੂ ਕੀ ਸੰਗਤ ਸਦਾ ਬਖਸ਼ਿੰਦ ਹੈ। ਕਿਉਂ ਮੈਂ ਕਹੀ ਕਥਾ ਅਧਰੂਰੀ, ਜੋ ਸਾਧਨ ਅਪਵਰਗੈ ਪੂਰੀ। ਮੈਂ ਇਹ ਪਾਵਨ ਕਥਾ ਦਾ ਵਰਣਨ ਕੀਤਾ ਜੋ ਅੱਧ ਤੋਂ ਅੱਧ ਸੁੰਦਰ ਹੈ, ਅੱਧ ਤੋਂ ਅੱਧ ਸੋਹਣੀ। ਸੋਹਣੇ ਕੌਣ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਬਣਦੇ? ਬਾਣੀ ਦਾ ਫੈਸਲਾ ਹੈ,
ਸੇਈ ਸੁੰਦਰ ਸੁਹਣੇ ਸਾਧ ਸੰਗ ਜਿਨ ਬਹਿਣੇ। ਅਕਸਰ ਉਹ ਹੀ ਸੋਹਣੇ ਨੇ ਜਿਹੜੇ ਸਾਧੂਆਂ ਦੀ ਸੰਗਤ ਚ ਬੈਠੇ ਆ, ਗੁਰੂ ਦੇ ਪਾਸ ਬੈਠੇ। ਕਹਿੰਦੇ ਐਸੀ ਸੋਹਣੀ ਕਥਾ ਦਾ ਵਰਣਨ ਕੀਤਾ ਜਿਹਨੂੰ ਸੋਹਣੇ ਲੋਕ ਤੇ ਸੋਹਣੇ ਸੱਜਣ ਪ੍ਰੀਤ ਨਾਲ ਸੁਣਨਗੇ। ਸ਼੍ਰੀ ਨਾਨਕ ਪਦ ਪੰਕਜ ਬੰਦਨ। ਕਥਾ ਦੀ ਸਮਾਪਤੀ ਵਿੱਚ ਮੰਗਲਾ ਚਰਨ ਕਵੀ ਜੀ ਨੇ ਕੀਤਾ ਜੋ ਆਪਾਂ ਰੋਜ਼ ਕਥਾ ਦੀ ਆਰੰਭਤਾ ਚ ਪੜ੍ਹਦੇ ਹਾਂ। ਇਹ ਮੰਗਲ, ਇਹ ਸ਼ਬਦ ਤਕਰੀਬਨ ਸਾਰੀਆਂ ਸੰਗਤਾਂ ਤੇ ਗੁਰਸਿੱਖਾਂ ਨੂੰ ਬੰਦ ਹੈ। ਇੱਕ ਬੜੀ ਵੱਡੀ ਡਾਢੀ ਅਰਦਾਸ ਹੈ। ਮੈਂ ਉਹਨਾਂ ਲੋਕਾਂ ਨੂੰ ਵੀ ਆਪਣੇ ਅੱਖਾਂ ਨਾਲ ਵੇਖਿਆ ਜਿਨ੍ਹਾਂ ਨੇ ਇਹਨਾਂ ਸ਼ਬਦਾਂ ਦਾ ਜਾਪ ਕੀਤਾ ਅਤੇ ਅੜੇ ਹੋਏ ਕਾਰਜ ਰਾਸ ਹੋ ਗਏ। ਕਿਉਂ? ਕਿਉਂਕਿ ਗੁਰੂ ਦੀ ਮਹਿਮਾ ਹੈ। ਮਤਲਬ ਪ੍ਰਸਤੀ ਸੈਲਫਿਸ਼ਤਾ ਦੀ ਗੱਲ ਨਹੀਂ ਹੈ, ਸ਼ਰਧਾ ਤੇ ਭਾਵਨਾ ਦੀ ਗੱਲ ਹੈ। ਨਿਰਤਾਪ ਦੀ ਪੜ੍ਹਦੇ ਜਦ ਵੀ ਕਥਾ ਦੀ ਆਰੰਭਤਾ ਹੁੰਦੀ ਹੈ, ਜਿਹੜੀਆਂ ਸੰਗਤਾਂ ਨਾਲ ਬੋਲਦੀਆਂ ਨੇ ਉਹਨਾਂ ਦੀ ਹਾਜ਼ਰੀ ਗਾਢੇ ਦੇ ਦਰਬਾਰ 'ਚ ਲੱਗਦੀ ਹੈ ਕਿ ਰੋਜ਼ ਦਸੇ ਸਤਿਗੁਰਾਂ ਨੂੰ ਹਾਜ਼ਰ ਕਰੀਦਾ ਅਤੇ ਇਹ ਸ਼ਬਦ ਸੁਣ ਸਤਿਗੁਰੂ ਹਾਜ਼ਰ ਹੁੰਦੇ ਅਤੇ ਜਦੋਂ ਸੰਗਤਾਂ ਨਾਲ ਗਾਉਂਦੀਆਂ ਨੇ ਨਾਲ ਬੋਲਦੀਆਂ ਨੇ ਉਸ ਵੇਲੇ ਸਤਸੰਗ ਦੇ ਵਿੱਚ ਇੱਕ ਰਸ ਫੈਲਦਾ, ਉਹ ਹੈ ਆਨੰਦ ਦਾ ਰਸ। ਇਸੇ ਕਰਕੇ ਬੇਨਤੀ ਕੀਤੀ ਜਾਂਦੀ ਹੁੰਦੀ ਵੀ ਕੋਸ਼ਿਸ਼ ਕਰਿਆ ਕਰੀਏ ਇਸ ਮੰਗਲ ਤੋਂ ਪਹਿਲਾਂ ਗੁਰੂ ਹਜ਼ੂਰੀ ਚਾਹੀਏ, ਤੁਹਾਨੂੰ ਇਸ ਅਰਦਾਸ ਵਿੱਚ ਸਾਡਾ ਮਨ ਇਕਾਗਰ ਹੋਵੇ। ਕਦੇ ਕੋਸ਼ਿਸ਼ ਕਰਕੇ ਵੇਖਿਓ, ਅਜਮਾ ਲਿਓ। ਜਿੱਦਣ ਆਪਾਂ ਕਥਾ ਦੀ ਆਰੰਭਤਾ ਤੋਂ ਪਹਿਲਾਂ ਆਏ ਹੋਵਾਂਗੇ ਉਦੋਂ ਕਥਾ 'ਚ ਆਨੰਦ ਬਹੁਤ ਬਣਦਾ ਹੈ, ਜਦੋਂ ਵਿੱਚ ਵਿਚਾਲੇ ਆ ਕੇ ਬਹਿ ਜਾਂਦੇ ਹਾਂ ਫਿਰ ਉਹ ਗੱਲ ਜੀ ਬਣਦੀ। ਠੀਕ ਹੈ, ਜੁੜਦਾ ਹੈ ਪਰ ਉਸ ਲੈਵਲ 'ਤੇ ਨਹੀਂ ਜੋ ਇਸ ਸ਼ਬਦ ਤੋਂ ਬਣਦਾ। ਸ਼੍ਰੀ ਨਾਨਕ, ਸ਼੍ਰੀ ਨਾਮ ਸੋਭਾ ਵਾਲੇ, ਗੁਰੂ ਨਾਨਕ ਪਾਦ ਚਰਨ ਪੰਕਜ ਕਮਲ ਬੰਦਨ, ਮੇਰੀ ਨਮਸਕਾਰ। ਮੈਂ ਇਹ ਅਰਥ ਅੱਖਰੀ ਤਾਂ ਕਰਦਾ, ਨਿੱਤ ਪੜ੍ਹਦੇ ਹੋ ਕਮ ਸੇ ਕਮ ਪਤਾ ਦੇਣਾ ਚਾਹੀਦਾ ਵੀ ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕੀ ਕਰਦਾ। ਜਦ ਕਿਸੇ ਸਫ਼ਰ 'ਤੇ ਚੱਲੇ ਹੋ ਕਦੇ ਵੀ, ਇਹ ਮੰਗਲਾ ਚਰਨ ਗਾ ਲਓ, ਸੌਖਾ ਹੋ ਰਿਹਾ, ਬੜੀ ਕਿਰਪਾ ਵਰਤਦੀ ਹੈ। ਸ਼੍ਰੀ ਨਾਨਕ ਪਦ ਪੰਕਜ ਬੰਦਨ। ਕਵੀ ਕਹਿੰਦੇ ਹੇ ਅਕਾਲ ਪੁਰਖ ਗੁਰੂ ਨਾਨਕ, ਤੇਰਿਆਂ ਚਰਨਾਂ ਕਮਲਾਂ ਵਿੱਚ ਮੇਰੀ ਬੰਦਨਾ ਨਮਸਕਾਰ ਹੈ। ਵੇਖੋ ਉਹਨਾਂ ਨੇ ਮੰਗਲਾ ਚਰਨ ਨਾ ਸਾਰੀ ਕਥਾ ਸਮਾਪਤ ਕਰਕੇ ਗੁਰੂ ਨਾਨਕ ਸਾਹਿਬ ਦੀ ਨਾਨਕ ਪ੍ਰਕਾਸ਼ ਦੀ ਅਖੀਰ ਵਿੱਚ ਨੀਅਤ ਕੀਤਾ। ਕਥਾ ਦੀ ਕਲੋਜ਼ਿੰਗ ਸੈਰਾਮਣੀ ਦਾ ਤਰੀਕਾ ਹੀ ਸਹਿ ਇਸ ਮੰਗਲ ਵਿੱਚ ਦਸੇ ਸਤਿਗੁਰਾਂ ਨੂੰ ਧਿਆਇਆ ਅਤੇ ਦਸੇ ਸਤਿਗੁਰੂ ਹਾਜ਼ਰ ਹੋ ਕੇ ਸਿੱਖ ਦੇ ਨਾਲ ਖੜ੍ਹਦੇਗਾ, ਜਿਹਨਾਂ ਨੂੰ ਗੁਰੂ ਬਾਬਾ ਜੀ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਸਾਡੀ ਵਾਰ-ਵਾਰ ਬੰਦਨਾ ਹੈ। ਸਿਮਰੋ ਅੰਗਦ ਦੁੱਖ ਨਿਕੰਦਨ। ਬਿੰਦੀ ਦੇ ਸਹਿਤ ਪਾਠ ਹੈ ਸਿਮਰੋ ਅੰਗਦ ਦੁੱਖ ਨਿਕੰਦਨ। ਜੇ ਕਹਿੰਦਾ ਸਿਮਰੋ, ਇਹਦਾ ਮਤਲਬ ਵੀ ਤੁਸੀਂ ਸਿਮਰੋ, ਸਾਨੂੰ ਲੋੜ ਨਹੀਂ। ਇੱਕ ਇੱਕ ਬਿੰਦੀ ਨਾਲ ਕਹਿੰਦਾ ਫਰਕ ਪੈ, ਸਿਮਰੋ ਅੰਗਦ। ਮੈਂ ਆਪਣੇ ਮਨ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜੋ ਅੰਗ ਸੰਗ ਰਹਿੰਦੇ ਨੇ ਸਿਮਰਦਾ ਹਾਂ, ਯਾਦ ਕਰਦਾ ਹਾਂ। ਦੁੱਖ ਨਿਕੰਦਨ,
ਕਿਉਂਕਿ ਗੁਰੂ ਅੰਗਦ ਦੇ ਪਾਤਸ਼ਾਹ ਦੁੱਖਾਂ ਨੂੰ ਕੱਟਣ ਵਾਲੇ ਨੇ। ਆਖੋ ਸਤਨਾਮ ਸਾਹਿਬ ਜੀ ਮੇਰੇ ਮਨ ਦੇ ਤੇ ਤਨ ਦੇ ਦੁੱਖ ਕੱਟਦੇ। ਅਰਦਾਸ ਨਿਤ ਕਥਾ ਜਿਹੜੇ ਕਰਦੇ ਸ਼੍ਰੀ ਨਾਨਕ ਪਦ ਪੰਗਜ ਬੰਧਨ ਸਿਮਰਉ ਅੰਗਦ ਦੁਖ ਨਿਕੰਦਨ। ਗੁਰੂ ਅੰਗਦ ਦੇ ਪਾਤਸ਼ਾਹ ਤੇਰੀ ਜੈ ਹੋਵੇ, ਜੈ ਜੈਕਾਰ ਹੋਵੇ, ਸਾਡੇ ਦੁੱਖ ਕੱਟੇ ਜਾ, ਮਨ ਦੇ ਝਗੜੇ ਨਿਬੜ ਜਾਣ। ਅਮਰਦਾਸ ਗੁਰ ਹਿਰਦੇ ਧਿਆਵੋ, ਅਮਰਦਾਸ ਗੁਰ ਹਿਰਦੇ ਧਿਆਵੋ। ਤੀਜੇ ਪਾਤਸ਼ਾਹ ਨਮਾਣਿਆਂ ਦੇ ਮਾਣਨ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਪਾਤਸ਼ਾਹ ਹਿਰਦੇ ਵਿੱਚ ਧਿਆਉਂਦਾ, ਵੰਦਨਾ ਕਰਦਾ। ਇਹ ਸ਼ਬਦ ਜਦ ਵੀ ਕਥਾ ਦੀ ਆਰੰਭਤਾ ਹੁੰਦੀ, ਜਿਹੜੇ ਬੰਦਗੀ ਵਾਲੇ ਸਿੱਖ ਨੇ ਉਹਨਾਂ ਨੂੰ ਪਤਾ, ਜਦੋਂ ਜਦੋਂ ਗੁਰੂ ਸਾਹਿਬਾਂ ਦੇ ਨਾਮ ਆਉਂਦੇ ਆ ਉਹ ਧਿਆਨ ਨਾਲ ਸੁਰਤ ਨਾਲ ਨਮਸਕਾਰ ਕਰਦੇ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਆਇਆ ਗੁਰੂ ਨਾਨਕ ਦੇ ਚਰਨਾਂ 'ਚ ਨਮਸਕਾਰ, ਜਦ ਗੁਰੂ ਅੰਗਦ ਦੇ ਪਾਤਸ਼ਾਹ ਅੱਗੇ ਬੇਨਤੀ ਕੀਤੀ ਗੁਰੂ ਅੰਗਦ ਦੇਵ ਸਾਹਿਬ ਦੀਆਂ ਨਮਸਕਾਰ, ਜਦ ਗੁਰੂ ਅਮਰਦਾਸ ਪਾਤਸ਼ਾਹ ਦਾ ਜ਼ਿਕਰ ਆਇਆ, ਜਿਨ੍ਹਾਂ ਨੇ ਇਹਨਾਂ ਸਥਾਨਾਂ ਦੇ ਦਰਸ਼ਨ ਕੀਤੇ, ਸੁਭਾਵਕ ਉਹਨਾਂ ਦੇ ਨੇਤਰਾਂ ਸਾਹਮਣੇ ਸਥਾਨ ਆ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰੀਏ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਗੁਰੂ ਅੰਗਦ ਦੇ ਪਾਤਸ਼ਾਹ ਚੇਤੇ ਆਉਣ, ਖਰੂਰ ਸਾਹਿਬ, ਗੁਰੂ ਅਮਰਦਾਸ ਮਹਾਰਾਜ ਚੇਤੇ ਆਉਂਦੇ ਆ, ਜਦੋਂ ਗੋਇੰਦਵਾਲ ਸਾਹਿਬ ਤੇ ਸੰਤ ਸਾਹਿਬ ਧਿਆਨ ਚ ਆ ਜਾਂਦੇ। ਅਮਰਦਾਸ ਹਿਰਦੈ ਨੂੰ ਧਿਆਵੋ, ਗੁਰੂ ਅਮਰਦਾਸ ਮਹਾਰਾਜ ਨਿਤਾ ਪ੍ਰਤ ਆਪ ਜੀ ਨੂੰ ਹਿਰਦੇ ਵਿੱਚ ਧਿਆਉਂਦਾ ਹਾਂ, ਚੇਤੇ ਕਰਦਾ ਹਾਂ, ਨਿਤਾਣਿਆਂ ਦੇ ਤਾਣ ਹੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਜੀ ਦੇ ਮੈਂ ਗੁਣਾਂ ਨੂੰ ਗਾਵਾਂ, ਕਿਉਂਕਿ ਗੁਣਾਂ ਦੇ ਸਾਗਰ ਨੇ ਗੁਰੂ ਰਾਮਦਾਸ ਪਾਤਸ਼ਾਹ। ਗੁਣ ਕਿੱਡੇ ਆ, ਨਿਮਰਤਾ ਕਿੱਡੀ, ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ। ਭੱਟਾਂ ਨੇ ਬੇਨਤੀ ਕੀਤੀ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮਝ, ਕਿੱਡੀ ਵੱਡੀ ਨਿਮਰਤਾ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਕਹਿੰਦੀ ਅਵਗੁਣਾਂ ਦੇ ਭਰੇ ਆ ਗੁਣ ਕੋਈ ਨਹੀਂ, ਇਹੀ ਤੇ ਵਡੱਪਣ ਆ ਉਹਨਾਂ ਦਾ। ਗੁਰੂ ਰਾਮਦਾਸ ਪਾਤਸ਼ਾਹ ਗੁਣਾਂ ਦੇ ਸਾਗਰ ਹੋ, ਤੁਹਾਡੇ ਚਰਨਾਂ ਵਿੱਚ ਵਾਰੰਵਾਰ ਮੇਰੇ ਮਨ ਤੋਂ, ਮੇਰੇ ਤਨ ਤੋਂ, ਮੇਰੇ ਸੀਸ ਤੋਂ, ਮੇਰੇ ਬੋਲਾਂ ਤੋਂ, ਮੇਰੀ ਬਾਣੀ ਤੋਂ ਵੰਦਨਾ ਹੀ ਹੈ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ। ਗੁਰੂ ਅਰਜਨ ਦੇ ਪਾਤਸ਼ਾਹ ਜੀ ਆਪ ਬਿਘਨਾਂ ਨੂੰ ਨਾਸ਼ ਕਰਨ ਵਾਲੇ, ਰੁਕਾਵਟਾਂ ਨੂੰ ਖਤਮ ਕਰਨ ਵਾਲੇ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਨਾਮ ਲਿਆ ਤੋ ਸਭੇ ਰੁਕਾਵਟਾਂ, ਫੂਕਾਂ, ਵੱਡੇ ਵੱਡੇ ਮੰਤਰ, ਤੰਤਰ, ਜਾਦੂ ਉਹਨੇ ਟੁੱਟ ਜਾਂਦੇ ਆ, ਕਿਉਂਕਿ ਜਿਨ੍ਹਾਂ ਦੇ ਅੱਗੇ ਤੱਤੀਆਂ ਤਵੀਆਂ ਵੀ ਰੋਲਦੀਆਂ ਬਿਘਨਾਂ ਨੂੰ ਕੱਟਣ ਵਾਲੇ। ਸ਼੍ਰੀ ਅਰਜਨ, ਗੁਰੂ ਅਰਜਨ ਦੇ ਪਾਤਸ਼ਾਹ ਜੀ ਬਿਘਨਨ ਕੇ ਨਾਸ਼ਕ, ਤੁਸੀਂ ਬਿਘਨਾਂ ਨੂੰ ਨਾਸ਼ ਕਰਦੇ ਹੋ ਕਦੋਂ, ਜਦੋਂ ਅਰਜਨ ਅਰਜ ਸੁਣ ਲੈਂਦੇ ਹੋ, ਬੇਨਤੀ ਸੁਣ ਲੈਂਦੇ ਹੋ, ਆਪਣੇ ਪਿਆਰਿਆਂ ਦੇ ਦੁੱਖ ਰੋਗ, ਉਹਨਾਂ ਦੇ ਦਰਦ ਪਲਾਂ ਚ ਨਿਵਾਰਦੇ ਹੋ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਨਮਸਕਾਰ ਹੈ ਮੇਰੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ। ਹੋ ਗੁਰੂ ਹਰਗੋਬਿੰਦ ਸਾਹਿਬ ਸ੍ਰੇਸ਼ਟ ਮਤ ਦੇ ਦਾਤਾ ਨੇ, ਇਹਨਾਂ ਸਿੱਖਾਂ ਨੂੰ ਹਥਿਆਰ ਫੜਾਏ,
ਸਮੇਂ ਦੀਆਂ ਹਕੂਮਤਾਂ ਦੀ ਗੁਲਾਮੀ ਛੱਡਣ ਨੂੰ ਗਿਆ, ਮੁਕਾਬਲੇ ਕਰਾਏ, ਚੰਦੂ ਵਰਗਿਆਂ ਦੀ ਨੱਕ 'ਚ ਨਕੇਲ ਪਾਈ, ਐਸੇ ਪਾਤਸ਼ਾਹ ਜਿਨ੍ਹਾਂ ਨੂੰ ਧਿਆਇਆ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਕਹਿੰਦੇ ਮੱਤ ਉੱਚੀ ਸੁੱਚੀ ਹੋ ਜਾਂਦੀ ਹੈ, ਸੁਮੱਤ ਪ੍ਰਕਾਸ਼ਕ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਿਆ, ਚੇਤੇ ਕਰਿਆ, ਮੱਤ ਸ੍ਰੇਸ਼ ਸ਼ੁੱਧ ਬਣ ਜਾਂਦੀ ਹੈ, ਕਿਉਂਕਿ ਉਹ ਮੀਰੀ ਪੀਰੀ ਦੇ ਮਾਲਕ ਅਕਾਲ ਹੋਊਗੇ, ਅਕਾਲ ਤਖ਼ਤ 'ਤੇ ਸਵਾਏ ਮਾਨਸ ਸਭ ਨੂੰ ਗੱਲ। ਇਸ ਅਰਦਾਸ ਵਿੱਚ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਵੀ ਸ਼ੁੱਧ ਮੱਤ ਦੇ ਦਿਓ। ਸ਼੍ਰੀ ਹਰ ਰਾਏ ਨਮੋ ਕਰ ਜੋਰੀ। ਐ ਗੁਰੂ ਹਰ ਰਾਏ ਪਾਤਸ਼ਾਹ ਤਿਆਗ ਦੀ ਮੂਰਤ, ਆਪ ਜੀ ਨੂੰ ਹੱਥ ਜੋੜ ਨਮਸਕਾਰ, ਨਮੋ ਕਰ ਜੋਰੀ, ਦੋਨੇ ਹੱਥ ਜੋੜ ਕੇ ਸੀਸ ਨਾ, ਕਿਉਂਕਿ ਗੁਰੂ ਹਰ ਰਾਏ ਸਾਹਿਬ ਬੜੇ ਸਤਿ ਸੁਭਾਅ ਦੇ, ਬੜੇ ਤਿਆਗ ਦੀ ਮੂਰਤ ਨੇ। ਉਹਨਾਂ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਗੁਨਾਹ ਪਿੱਛੇ, ਸਿੱਖਾ ਜੇ ਤੂੰ ਗਲਤੀ ਕਰੇਗਾ ਤੇ ਤੈਨੂੰ ਕਿੱਥੋਂ ਛੱਡਣਗੇ, ਰੱਖ ਸਤਨਾਮ ਇਨਸਾਫ ਪਸੰਦ ਨੇ ਗੁਰੂ ਹਰ ਰਾਏ ਪਾਤਸ਼ਾਹ, ਇਹਨੇ ਮੇਰੀ ਨਮਸਕਾਰ ਹੈ, ਭੁੱਲਾਂ ਬਖਸ਼ਿਓ ਸਾਨੂੰ, ਤੁਹਾਡੇ ਕੋਲੋਂ ਇਹ ਨਹੀਂ ਮੰਗਣਾ ਮੈਨੂੰ ਆਹ ਦੇ ਦਿਓ ਮੈਨੂੰ ਉਹ ਦੇ ਦਿਓ। ਪਾਤਸ਼ਾਹ ਸੀਸ ਲਗਾਉਂਦੇ ਹਾਂ, ਡਰਦੇ ਹਾਂ ਤੁਹਾਡੇ ਤੋਂ, ਕਿਤੇ ਮੰਗ ਕੇ ਗੁਨਾਹ ਨਾ ਕਰ ਲਈਏ ਕੁਛ। ਗੁਰੂ ਹਰ ਰਾਏ ਸਾਹਿਬ ਜੀ ਬੜੇ ਤਿਆਗੀ ਨੇ ਜੀ, ਜਿੱਦਣ ਤਿਆਗਣ 'ਤੇ ਆਏ ਨਾ ਪੁੱਤਰ ਰਾਮ ਰਾਏ ਤਿਆਗ, ਜੀਵਨ ਭਰ ਪਿਓ ਪੁੱਤ ਦਾ ਕਿੰਨਾ ਮਿਲਾਪ ਹੁੰਦਾ ਜੀ, ਧੀ ਪੁੱਤ ਨਾ ਮਾਪਿਆਂ ਨੂੰ ਕੁੱਟ ਕੇ ਕੱਢ ਦੇਣ ਅੰਦਰੋਂ ਮੋਹ ਨਹੀਂ ਜਾਂਦਾ, ਫਿਰ ਵੀ ਕਹਿੰਦੇ ਪੁੱਤ ਮੇਰਾ ਹੀ ਹੈ, ਮੋਹ ਰਹਿੰਦਾ ਹੁੰਦਾ। ਪਰ ਗੁਰੂ ਹਰ ਰਾਏ ਸਾਹਿਬ, ਵਾਹ, ਜੇ ਬਾਬਾ ਰਾਮ ਰਾਏ ਨੂੰ ਆਖਿਆ ਜਿੱਧਰ ਮੂੰਹ ਉੱਧਰ ਤੁਰ ਜਾ ਕਦੇ ਮੱਥੇ ਨਾ ਲੱਗੀ, ਜਦ ਤੱਕ ਸਰੀਰ ਵਿੱਚ ਸਵਾਸ ਰੱਖੇ ਪੁੱਤ ਮੱਥੇ ਨਹੀਂ ਕਦੇ ਲਾਇਆ, ਆਖੋ ਸਤਨਾਮ ਵੇਖੇ ਨਹੀਂ ਕੀ ਹੋ ਜਾਏ। ਅੱਡੇ ਵੱਡੇ ਤਿਆਗੀ, ਬਚਨਾਂ ਦੇ ਬਲੀ, ਸ਼੍ਰੀ ਹਰ ਰਾਏ ਨਮੋ ਕਰ ਜੋੜੀ। ਕਵੀ ਕਹਿੰਦੇ ਗੁਰੂ ਹਰ ਰਾਏ ਪਾਤਸ਼ਾਹ ਮੈਂ ਵਾਰ ਵਾਰ ਬੰਦਨਾ ਨਮਸਕਾਰ ਤੁਹਾਡੇ ਚਰਨਾਂ ਤੇ ਕਰਦਾ ਹਾਂ। ਗੁਰ ਹਰ ਕ੍ਰਿਸ਼ਨ ਮਨਾਏ ਬਹੁਰੀ, ਗੁਰ ਹਰ ਕ੍ਰਿਸ਼ਨ ਮਨਾਓ ਬਹੁਰੀ, ਬਹੁਰੀ ਮਤਲਬ ਫੇਰ ਕਹਿੰਦੇ ਸਤਿਗੁਰੂ ਆਪ ਜੀ ਤੋਂ ਬਾਅਦ ਤੁਹਾਡੇ ਹੀ ਸਰੂਪ ਗੁਰੂ ਨਾਨਕ ਸਾਹਿਬ ਜੀ ਹੋ, ਮੈਂ ਗੁਰੂ ਹਰ ਕ੍ਰਿਸ਼ਨ ਪਾਤਸ਼ਾਹ ਨੂੰ ਮਨਾਉਣਾ। ਬੜੇ ਪਿਆਰੇ ਸੁਭਾਅ ਦੇ ਨੇ ਗੁਰੂ ਹਰ ਕ੍ਰਿਸ਼ਨ ਵਾਲਾ, ਦੇਖਦਾ ਛੇਤੀ ਵੱਧ ਜਾਂਦੇ ਆ, ਬਹੁਤ ਛੇਤੀ ਪ੍ਰਸੰਨ ਹੁੰਦੇ। ਸੁਣਿਆ ਆਪ ਜੀ ਨੇ ਇਤਿਹਾਸ, ਸ਼੍ਰੀ ਹਰ ਕ੍ਰਿਸ਼ਨ ਦੀ ਆਗਿਆ ਜਿਸ ਡਿੱਠੇ ਸਭ ਦੁੱਖ ਜਾਂਦੇ, ਜਿਨ੍ਹਾਂ ਨੂੰ ਵੇਖਿਆ ਦੁੱਖ ਚੱਲੇ ਜਾਂਦੇ ਆ, ਖਤਮ ਹੋ ਜਾਂਦੇ ਆ, ਦੂਰ ਭੱਜ ਜਾਂਦੇ ਆ। ਕਹਿੰਦੀ ਐਸੇ ਸਤਿਗੁਰਾਂ ਨੂੰ ਮੈਂ ਫੇਰ ਫੇਰ ਤੋਂ ਝੁੱਕ ਝੁੱਕ ਕੇ ਨਿਉਂ ਨਿਉਂ ਕੇ ਨਮਸਕਾਰ ਕਰਦਾ। ਪਾਤਸ਼ਾਹ ਬੜੀ ਛੇਤੀ ਪਸੀਜ ਜਾਂਦੇ ਆ, ਔਗਣ ਚ ਤਾਰਦੇ ਨਹੀਂ, ਤੇਗ ਬਹਾਦਰ ਪਰਮ ਕਿਰਪਾਲਾ, ਤੇਗ ਬਹਾਦਰ ਪਰਮ ਕਿਰਪਾਲਾ, ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗਾ ਵੱਡਾ ਕੋਈ ਕਿਰਪਾਲੂ ਨਹੀਂ। ਗੁਣਾਂ ਦਾ ਜੇਕਰ ਹੋ ਰਿਹਾ ਤਾਂ ਅਸੀਂ ਸਤਿਗੁਰੂ ਇੱਕ ਰੂਪ ਨੇ, ਐਡੇ ਕਿਰਪਾਲੂ। ਜੇ ਪੰਡਿਤ ਕਿਰਪਾ ਰਾਮ ਆ ਕੇ ਕਹਿੰਦਾ ਮਰਦ ਸਾਡਾ ਧਰਮ ਬਚਾ ਲਓ, ਕਹਿੰਦੇ ਕੋਈ ਨਹੀਂ ਅੱਜ ਤੂੰ ਅਸੀਂ ਬਚਾਵਾਂਗੇ ਤੁਸੀਂ ਮੋਰ ਜਾਵਾਂ, ਕਿੱਡੇ ਕਿਰਪਾਲੂ ਕਿੱਡੇ ਦਇਆਲੂ। ਇਹੀ ਕਾਰਨ
ਚਰਨ ਛੂ ਅਸਥਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਕਿਰਪਾਲੂ ਦਾਤਾ ਜੀ ਦੇ, ਜਿੱਥੇ ਵੀ ਨੇ ਸੰਗਤਾਂ ਚੁੰਮਦੀਆਂ ਉਹਨਾਂ ਧਰਤੀਆਂ, ਜਿਵੇਂ ਪਟਿਆਲੇ ਦੀ ਧਰਤੀ, ਕਿੰਨੀਆਂ ਉਹ ਥਾਵਾਂ ਨੇ, ਘੱਟੋ ਘੱਟ ਪੰਜ ਅਸਥਾਨ ਨੇ ਜਿੱਥੇ ਮਰਦ ਨੇ ਚਰਨ ਪਾਏ ਆਪਣੇ, ਅਤੇ ਸੰਗਤਾਂ ਦੀ ਸ਼ਰਧਾ ਵੇਖੋ, ਪਿਆਰ ਵੇਖੋ ਉਹਨਾਂ ਲੋਕਾਂ ਦਾ, ਨਿਮਰਤਾ ਦੇਖੋ ਉਹਨਾਂ ਲੋਕਾਂ ਦੀ, ਝੁੱਕ ਝੁੱਕ ਪ੍ਰਣਾਮ ਕਰਦੇ ਨੇ, ਉਹ ਜਾਣਦੇ ਨੇ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਘਰ ਭਰੇ ਹੋਏ ਨੇ, ਕਦੀ ਨਹੀਂ ਛੱਡੀ, ਤੇਗ ਬਹਾਦਰ ਸਿਮਰਿਆ ਘਰ ਨੌ ਨਦੀਆਂ ਆਵੇ ਭਾਏ, ਨੌ ਨਦੀਆਂ ਅਠਾਰਾਂ ਸਿੱਧੀਆਂ ਭੱਜੀਆਂ ਲਿਆਉਂਦੀਆਂ ਨੇ, ਕਿਉਂਕਿ ਕਿਰਪਾਲੂ ਬੜੇ ਆ, ਤਰਸਬੋਧ ਕਰਦੇ ਆ ਗੁਰੂ ਤੇਗ ਬਹਾਦਰ। ਅਤੇ ਬਾਕੀ ਮੱਖਣ ਸ਼ਾਹ ਲਵਾਣੀ ਨੇ ਇੱਕੋ ਹੀ ਅਰਦਾਸ ਕੀਤੀ, ਡੁੱਬਦਾ ਜਹਾਜ਼ ਪਲਾਂ 'ਚ ਹੀ ਬਚਾ ਲਿਆ, ਸੀਹੇ ਮਸੰਦ ਵਰਗਿਆਂ ਗੋਲੀ ਚਲਾਈ ਕਦੇ ਮਾੜਾ ਨਹੀਂ ਕਿਹਾ, ਧੀਰ ਮੱਲ ਵਰਗੇ ਗੋਲੀਆਂ ਚਲਵਾਉਂਦੇ ਗਏ, ਕੀ ਕਹਿੰਦੇ ਸੀ, ਭਲੇ ਧੀਰ ਮੱਲ, ਭਲੇ ਧੀਰ ਮੱਲੇ, ਮੇਰਾ ਭਲਾ ਐਡੇ ਕਿਰਪਾਲੂ ਦਾਤਾ ਗੁਰੂ ਤੇਗ ਬਹਾਦਰ ਸਾਹਿਬ। ਅਤੇ ਸੱਚੀ ਪਿਆਰ ਵਾਲੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੰਨਾ ਕੁ ਪ੍ਰੇਮ ਕਰਦੀਆਂ, ਮੈਂ ਵੇਖਿਆ ਉਹਨਾਂ ਸਿੱਖਾਂ ਨੂੰ, ਉਹਨਾਂ ਦੀਆਂ ਅੱਖਾਂ 'ਚ ਅੱਥਰੂ ਹੁੰਦੇ ਆ, ਘਰੋਂ ਰੋ ਰੋ ਕੇ ਨਿਕਲਦੇ, ਜਦ ਉਹਨਾਂ ਦੇ ਦਰ 'ਤੇ ਪਹੁੰਚਦੇ ਆ, ਕੋਈ ਨਾ ਕੋਈ ਖੁਸ਼ੀ ਦੀ ਖਬਰ ਆਈ ਹੁੰਦੀ, ਕਿਰਪਾਲੂ ਦਾਤਾ ਜੀ, ਇੰਨੀ ਕਿਰਪਾਲੂ। ਪਰ ਉਹ ਕਹਿੰਦੇ ਜੇ ਕਿਰਪਾ ਲੈਣੀ ਆ ਨਾ, ਲਾਲਚ ਦਾ ਤਿਆਗ ਕਰਕੇ ਆਈ, ਕਿਉਂਕਿ ਤੇਗ ਬਹਾਦਰ ਨੇ ਆਖੋ ਸਤਨਾਮ, ਬੜੇ ਬਹਾਦਰ ਨੇ ਕਿਰਪਾ ਲਈ ਉਹਦੇ, ਐਡੇ ਬਹਾਦਰ ਜਿਨ੍ਹਾਂ ਦਾ ਸੀਸ ਵੀ ਤਲਵਾਰ ਕੱਟ ਨਾ ਸਕੀ ਜਾਲਮ ਦੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਬਹੁਤ ਵੱਡੇ ਕਿਰਪਾਲੂ ਨੇ ਗੁਰੂ ਤੇਗ ਬਹਾਦਰ। ਕਵੀ ਕਹਿੰਦੇ ਮੈਂ ਵਾਰ ਵਾਰ ਮੱਥਾ ਟੇਕਦਾ ਜੀ, ਝੁੱਕ ਝੁੱਕ ਨਮਸਕਾਰ ਕਰਦਾ, ਇਹ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਤੇਰੇ ਵਰਗਾ ਕਿਰਪਾਲੂ ਮੈਂ ਜਗ ਤੇ ਵੇਖਿਆ ਨਹੀਂ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਵਿਸਾਲਾ ਹੁੰਦਾ ਵੱਡਾ, ਕਹਿੰਦੇ ਮੈਂ ਰੱਬ ਪੀਰ ਗੁਰੂ ਬਹੁਤ ਵੇਖੇ, ਔਲੀ ਅਵਤਾਰ ਕਦੰਬਰ ਬਹੁਤ ਵੇਖੇ, ਪਰ ਕਲਗੀ ਧਰ ਪਿਤਾ ਵਰਗਾ ਵੱਡਾ ਵੀ ਵੇਖਿਆ, ਐਡਾ ਵੱਡਾ ਜਿਗਰਾ, ਜੇ ਦਾਨ ਕਰਨ ਤੇ ਆਏ ਸਰਬੰਸੀ ਦਾਨ ਕਰਦਾ, ਸਤਨਾਮ ਜਿੱਦਣ ਪਟਨਾ ਸਾਹਿਬ ਸ਼ਰਤਾ ਗੁਰ ਚਰਨ ਨਹੀਂ ਪਾਏ, ਜਿੱਦਣ ਪੌਂਟਾ ਸਾਹਿਬ ਗੁਰ ਨਹੀਂ ਪਾਏ, ਜਿੱਦਣ ਅਨੰਦਪੁਰ ਸਾਹਿਬ ਛੱਡ ਗਏ ਗੁਰ ਕਦੇ ਨਾ ਆਏ, ਆਖੋ ਸਤਨਾਮ, ਜਿੱਦਣ ਦਮਦਮਾ ਸਾਹਿਬ ਛੱਡਿਆ ਕਦੇ ਗੱਲ ਨਾ ਕੀਤੀ ਉਹਦੀ, ਜਿੱਦਣ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਬਾਰੇ ਸੋਚਦੇ ਪੜ੍ਹਦੇ ਹਨ, ਸਾਹਿਬ ਜੀ ਮੈਂ ਤੇਰੀ ਕਿਹੜੇ ਪਾਸੇ ਤੋਂ ਵਡਿਆਈ ਦਾ, ਮੈਂ ਤੈਨੂੰ ਕਿਵੇਂ ਵੱਡਾ ਆਖਾਂ, ਨੀਲੇ ਘੋੜੇ 'ਤੇ ਅਸਵਾਰ ਤੇਰੇ ਵਰਗਾ ਸ਼ਹਿਨਸ਼ਾਹ ਕੋਈ ਨਹੀਂ, ਪੰਜ ਪਿਆਰਿਆਂ ਦੇ ਹੱਥ ਅੱਡੇ ਅੰਮ੍ਰਿਤ ਦੀ ਦਾਤ ਮੰਗੀ ਅਤੇ ਤੇਰੇ ਵਰਗਾ ਮੰਗਦਾ ਕੋਈ ਨਹੀਂ, ਜਦ ਜੰਗ ਦੇ ਮੈਦਾਨ ਵਿੱਚ ਖੜੇ ਫੌਜਾਂ ਭੱਜੀਆਂ ਵੀ ਤੇਰੇ ਵਰਗਾ ਸੂਰਮਾ ਕੋਈ ਨਹੀਂ, ਅਤੇ ਜਿੱਦਣ ਦਾਨ ਕਰਨ 'ਤੇ ਆਏ ਪੁੱਤਰ ਵਾਰ ਪਰਿਵਾਰ ਵਾਰ ਆਖਿਆ ਕਹਿੰਦੇ ਕੀ ਹੋਇਆ ਮਿੱਤਰ ਪਿਆਰੇ ਨੂੰ ਹਾਲ, ਤੇਰੇ ਵਰਗਾ ਵੱਡਾ ਕੌਣ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਲਾ ਕਲਗੀ ਵਾਲਿਆ, ਤੇਰੇ ਵਰਗਾ ਤੇ ਵੱਡਾ ਰੱਬ ਧਰਤੀ ਤੇ ਹੋਈ, ਚਾਰ ਪੁੱਤ ਵਾਰ ਕੇ ਕਹਿਤਾ ਇਨ ਪੁੱਤਰਨ ਕੇ ਸੀਸ ਪਰਵਾਰ ਦਿਓ, ਸੁਤ ਚਾਰ ਚਾਰ ਬੂਹੇ ਤੋਂ ਕਿਆ ਬੂਆ ਜੀਵਤ, ਕਹਿੰਦੇ ਮੇਰੇ ਚਾਰ ਮਰ ਗਏ ਤਾਂ ਕੀ ਹੋ ਗਿਆ,
ਮੇਰੇ ਲੱਖਾਂ ਪੁੱਤ ਜਿਉਂਦੇ ਆ। ਮੈਂ ਉਹ ਵੀ ਮਾਂ ਬਾਪ ਦੁਨੀਆ 'ਤੇ ਵੇਖੀ ਜਿਹਦਾ ਇੱਕ ਪੁੱਤ ਚੱਲਿਆ ਜਾਏ ਸਾਰੀ ਜ਼ਿੰਦਗੀ ਰੋਣ ਰੰਗ ਬਣਾ ਦੇ। ਕੀ ਗੱਲ ਕੀ ਧਰ ਪਿਤਾ ਦੇ ਅੰਦਰ ਪਿਤਾ ਦਾ ਦਿਲ ਨਹੀਂ, ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘੇ ਹੋਣ ਅਤੇ ਦੋ ਪੁੱਤਰਾਂ ਦੇ ਜਿਸਮ ਵੇਖੇ ਵੀ ਨਾ ਹੋਣ, ਕਿਵੇਂ ਛੰਨੀ ਕੀਤੇ ਪਏ, ਟੁਕੜੇ ਟੁਕੜੇ ਕੀਤੇ ਪਏ। ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਵੇਖਣ ਨਹੀਂ ਆਏ, ਸਿਰਫ ਇੱਕ ਵਾਰ ਨੂਰੇ ਮਾਹੀ ਤੋਂ ਪੁੱਛਿਆ ਤੇਰੇ ਕੋਈ ਗੱਲ ਨਹੀਂ ਹੈ। ਏਡਾ ਦੇ ਗ੍ਰੰਥ ਸਿੰਘ ਮਾਣ ਹੈ ਸਾਨੂੰ, ਪਿਓ ਹੈ ਸਾਡਾ, ਸਾਡਾ ਨਾਮ, ਅਸੀਂ ਉਸ ਪਿਓ ਦੇ ਪੁੱਤਾਂ ਜਿਹਨੇ ਸਭ ਕੁਝ ਗਵਾ ਕੇ ਵੀ ਆਖਿਆ ਕਹਿੰਦੇ ਮੇਰੇ ਕੋਲ ਹੈ ਕੀ ਸੀ ਗਵਾਉਣ ਨੂੰ। ਦਸ ਵੇ ਗੋਬਿੰਦ ਸਿੰਘ ਵਿਸਾਲਾ, ਇਸ ਅਰਦਾਸ ਵਿੱਚ ਐਡੀ ਸ਼ਕਤੀ ਹੈ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ, ਪਰ ਜਿਸ ਦਿਨ ਤੋਂ ਕਥਾ ਸਿੱਖੀ ਹੈ ਅੱਜ 16 ਸਾਲ ਹੋ ਗਏ ਉਹਨੇ ਕਥਾ ਕਰੀ ਹੋ ਗਈ ਨੇ। ਪਹਿਲੀ ਵਾਰ ਦੱਸਣ ਲੱਗਾ ਮੇਰੇ ਜੀਵਨ ਵਿੱਚ ਇਹ ਅਰਦਾਸ ਦਿਨ ਵਿੱਚ ਦੋ ਦੋ ਵਾਰ ਹੈ, ਹਰ ਵੇਲੇ ਕਥਾ ਵੇਲੇ ਤਾਂ ਚਲੋ ਹੋਣੀ ਹੋਣੀ ਹੈ, ਕਿਉਂਕਿ ਜਦੋਂ ਪੜ੍ਹਦੇ ਸੀ ਨਾ ਵਿਦਿਆ ਦਾ ਪੇਪਰ ਉਹਨਾਂ ਕੋਈ ਜੇਕਰ ਆਖਿਆ ਕਹਿੰਦੇ ਪੁੱਤ ਸਭ ਤੋਂ ਛੋਟੀ ਉਮਰ ਤੇਰੀ ਹੈ, ਵੇਖੀ ਕਿਤੇ ਡੋਲਣਾ ਚਾਹੀਦਾ। ਬੱਚਾ 14-15 ਸਾਲਾਂ ਦੀ ਉਮਰ ਸੀ ਜਦੋਂ ਸਟੇਜ 'ਤੇ ਬੈਠੇ ਪਹਿਲੀ ਵਾਰ ਕਥਾ ਗੁਰਦੁਆਰਾ ਨਾਭਾ ਸਾਹਿਬ ਕੀਤੀ ਮੁੱਖ ਵਾਰ, ਕਦ ਇੰਨਾ ਛੋਟਾ ਸੰਗਤ ਜਾਣਦੀ ਹੈ ਉੱਥੇ ਕਿ ਸਤਿਗੁਰਾਂ ਦੀ ਤਾਬਿਆ ਬੈਠਣ ਵਾਸਤੇ ਸਿਰਾਣੇ ਲਾਉਣੇ ਪਏ ਕਥਾ ਕਰਨ ਵਾਸਤੇ। ਉਸ ਦਿਨ ਬਚਨ ਕੀਤਾ ਉਹਨਾਂ ਨੇ, ਪੁੱਤਰਾ ਜੀਵਨ ਵਿੱਚ 2 ਵਾਰ ਇਹ ਸ਼ਬਦ ਨਿਤ ਪੜ੍ਹੀ ਰੌਲਾ ਨਾ ਪਾਈ, ਵੇਖੀ ਜਿੰਨਾ ਮਰਜ਼ੀ ਸਟਰੈਸ ਹੋਵੇ, ਜਿੰਨਾ ਮਰਜ਼ੀ ਦੁੱਖ ਹੋਵੇ, ਤੁਸੀਂ ਨਹੀਂ ਹੋਏਗਾ। ਅਤੇ ਇਹ ਸੱਚ ਹੈ, ਵੱਡੀਆਂ ਵੱਡੀਆਂ ਹਨੇਰੀਆਂ ਚੱਲੀਆਂ, ਮੁਸੀਬਤਾਂ ਚੱਲੀਆਂ ਛੋਟੀ ਹੋਵੇ, ਪਰ ਕਦੇ ਡੋਲੇ ਨਹੀਂ। ਗੁਰੂ ਸਾਹਿਬ ਦੀ ਕਿਰਪਾ, ਇਸ ਸ਼ਬਦ ਦੀ ਕਿਰਪਾ। ਦੱਸ ਵੇ ਗੋਬਿੰਦ ਸਿੰਘ ਵਿਸਾਲਾ, ਜਿਸ ਸ਼ਬਦ ਵਿੱਚ ਦੱਸੇ ਗੁਰੂਆਂ ਦੀ ਐਡੀ ਵੱਡੀ ਮਹਿਮਾ ਹੋਵੇ, ਅਤੇ ਉਹਨੂੰ ਪੜ੍ਹਨ ਵਾਲਾ ਤੰਬੂਗਾ ਕਰੋ ਆਖੋ ਸਤਨਾਮ। ਮੈਂ ਇਸੇ ਕਰਕੇ ਬੜੀ ਵਾਰ ਬੇਨਤੀ ਕੀਤੀ ਵੀ ਜਦੋਂ ਵੀ ਕਥਾ ਦੀ ਆਰੰਭਤਾ ਹੋਵੇ, ਕਿਤੇ ਵੀ ਹੋਵੇ, ਇੱਥੇ ਨਹੀਂ ਨਿਕਲੀ ਇੱਥੇ ਕਥਾ ਦੀ ਕਰ, ਜਦ ਇਹ ਮੰਗਲਾ ਚਰਨ ਹੁੰਦਾ ਜ਼ਰੂਰ ਸੋਇਆ ਕਰੋ, ਨਾਲ ਬੋਲਿਆ ਕਰੋ, ਪੜ੍ਹਿਆ ਕਰੋ, ਪਤਾ ਨਹੀਂ ਕਿਹੜੇ ਵੱਲ ਪੜ੍ਹਿਆ ਹੋਇਆ ਸਤਿਗੁਰਾਂ ਕਦੋਂ ਕੋਲ ਖੜ ਜਾਣਗੇ। ਇਹਦੇ ਦਸ਼ਮੇਸ਼ ਪਿਤਾ ਇੰਨੇ ਵੱਡੇ ਆ, ਜਦੋਂ 10 ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਉਹਨਾਂ ਦੇ ਗੁਣਾਂ ਦੀ ਕੀਤੀ ਕਿ ਦੱਸੇ ਅੰਗ ਸੰਗ ਹੋ ਜਾਂਦੇ, ਹਰ ਦਮ ਹੁੰਦੇ ਨੇ ਤਰਾਂ ਤਰਾ ਪਰ ਪੁਨ ਪੁਨ ਸੀਸਾ। ਕਵੀ ਕਹਿੰਦੇ ਧਰੋ ਧਰਾ, ਧਰਦਾ ਹਾਂ ਧਰਾ ਧਰਤੀ ਤੇ, ਧਰ ਰੱਖਦਾ ਹਾਂ ਪੁਨ ਪੁਨ ਸੀਸਾ। ਦਸਮ ਪਿਤਾ ਜੀ ਦੱਸੇ ਸਾਧੂ ਸੱਚੇ ਪਾਤਸ਼ਾਹ, ਮੈਂ ਵਾਰ 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 ਆਪ ਜੀ ਦਾ ਨਾਮ ਚੇਤੇ ਕਰ ਇਸ ਧਰਤੀ ਨੂੰ ਸੀਸ ਰੱਖਦਾ। ਧਰੋ ਧਰਾ ਧਰ ਪੁਨ ਨਮਸਕਾਰ ਕਰੀਦਾ, ਬਾਰ ਬਾਰ ਮੈਂ ਮੱਥਾ ਟੇਕਦਾ ਹਾਂ ਬੰਦੋ, ਬਾਰ ਬਾਰ ਜਗਦੀਸ਼ਾ ਬੰਦਨਾ ਕਰਦਾ ਹਾਂ, ਬੰਦੋ ਬਾਰ ਬਾਰ ਜਗਦੀਸ਼ਾ, ਜਗਤ ਦੇ ਈਸ਼ਵਰ ਮਾਲਕ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ,
ਤੈਨੂੰ ਮੇਰੀ ਹਰ ਪਾਲੀ ਵੰਦਨਾ ਸਤਨਾਮ ਈਸ਼ਵਰ ਹੋ ਦੁਨੀਆਂ ਦੇ ਜਹਾਨ ਦੇ ਜਗ ਦੇ। ਤੇ ਕਵੀ ਇਸ ਸ਼ਬਦ ਨੂੰ ਲਿਖਦੇ ਆ, ਰੋਜ਼ ਗਾਉਂਦੇ ਆ, ਨਿੱਤ ਪੜ੍ਹਦੇ ਆ। ਤੇ ਗੁਰਸਿੱਖਾਂ ਦੇ ਜੀਵਨ ਵਿੱਚ ਇਹ ਸ਼ਬਦ ਸ਼ਿੰਗਾਰ ਹੈ, ਦਿਨ ਵਿੱਚ ਦੋ ਦੋ ਵਾਰ ਤਿੰਨ ਤਿੰਨ ਵਾਰ ਪੜ੍ਹ ਲੈਂਦੇ ਆ, ਗਾ ਲੈਂਦੇ, ਆਨੰਦ ਹੀ ਬੜਾ ਆਉਂਦਾ। ਕਦੇ ਇਕੱਲੇ ਬਹਿ ਕੇ ਗਾ ਕੇ ਵੇਖਿਓ, ਸ਼੍ਰੀ ਨਾਨਕ ਪਦ ਅੰਗਜ ਬੰਧਨ ਸਿਮਰਉ ਅੰਗਦ ਦੂਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਓ, ਸ਼੍ਰੀ ਗੁਰੂ ਰਾਮਦਾਸ ਗੁਰ ਧਿਆਓ, ਸ਼੍ਰੀ ਅਰਜਨ ਵਿਘ ਨਨਕੇ ਨਸ, ਹਰ ਗੋਬਿੰਦ ਸੁਖ ਸੁਮਤ ਪ੍ਰਕਾਸ਼ਿਤ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਦਸ ਵੇ ਗੋਬਿੰਦ ਸਿੰਘ ਧਰੋ ਧਰਾ ਧਰ ਪੁੰਨ ਪੁਰ ਸੀਸਾ, ਬੰਦਾ ਬਾਰ ਬਾਰ ਜਗਦੀਸ਼ਾ, ਹੇ ਜਗਤ ਦੇ ਮਾਲਕ ਮੇਰੀ ਸਿਰਫ ਤੇਰੇ ਅੱਗੇ ਬੰਦਨ ਹੈ, ਮੈਨੂੰ ਕਿਸੇ ਦੀ ਈਦ ਨਹੀਂ, ਕਿਸੇ ਦੀ ਪਰਵਾਹ ਨਹੀਂ, ਤੈਨੂੰ ਹੀ ਸਜਦਾ ਕਰਦਾ ਹਾਂ। ਦੋਹਰਾ ਸ਼੍ਰੀ ਮਤ ਸਿਮਰਨ ਰੁੱਤ ਗੁਰੂ। ਫਿਰ ਬੜੇ ਪਿਆਰ ਵਿੱਚ ਜਦੋਂ ਇਹ ਸ਼ਬਦ ਸਮਾਪਤ ਕੀਤਾ, ਕਹਿੰਦੇ ਸ਼੍ਰੀ ਮਤ ਸਿਮਰਤ ਸਿਮਰਨ ਸਤ ਗੁਰੂ, ਗੁਰੂ ਦਾ ਸਿਮਰਨ ਮੇਰੇ ਜੀਵਨ ਦੀ ਰੁੱਤ ਬਣ ਗਈ ਹੈ, ਰੁੱਤ ਵੀ ਐਸੀ ਮਤ ਗੁਰੂ ਵਾਲੀ ਹੋਵੇ। ਉਹ ਜਿਹਦਾ ਮਨ ਖੁਸ਼ ਹੋਵੇ ਇਹਨਾਂ ਦੀ, ਉਹਨੂੰ ਸਾਰੀਆਂ ਰੁੱਤਾਂ ਪਾਉਂਦੀਆਂ ਨੇ। ਦਿਨ ਸਾਰੇ ਚੰਗੇ ਲੱਗਦੇ, ਰਾਤਾਂ ਸਾਰੀਆਂ ਚੰਗੀਆਂ ਲੱਗਦੀਆਂ। ਦੁਖੀ ਬੰਦੇ ਨੂੰ ਨਾ ਦਿਨ ਚੰਗਾ ਲੱਗੇ, ਦਿਨੇ ਰਾਤ ਨੂੰ ਗਾਲਾ ਕੱਢੀ ਜਾਂਦਾ, ਰਾਤ ਦੇ ਸਮੇਂ ਨੂੰ ਦਿਨੇ ਗਾਲਾ ਕੱਢੀ ਜਾਂਦਾ, ਕਹਿੰਦਾ ਯਾਰ ਰਾਤ ਨਹੀਂ ਚੰਗੀ ਲੰਘੀ। ਅਤੇ ਜੇ ਕੋਈ ਰਾਤ ਨੂੰ ਬਹਿ ਜਾਓ ਕੋਲੇ, ਕਹਿੰਦਾ ਯਾਰ ਦਿਨ ਕੋਈ ਨਹੀਂ ਪਾਣਾ ਸੀ, ਕਹਿੰਦਾ ਨਾ। ਪਰ ਜਿਹਨਾਂ ਅੰਦਰ ਗੁਰੂ ਵਸਿਆ, ਕਵੀ ਕਹਿੰਦੇ ਮਤ ਜਿਹਨਾਂ ਦੀ ਚੰਗੀ ਪਿਆਰੀ ਹੋ ਗਈ, ਉਹ ਹਰ ਦਿਨ ਮਹਾਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ, ਨਾਨਕ ਮੰਗੈ ਦਰ ਸਦਾਨ ਕਿਰਪਾ ਕਰੋ ਹਰੇ। ਕਹਿੰਦੇ ਹਰ ਪਲ ਹਰ ਘੜੀ ਮੇਰਾ ਆਨੰਦ ਹੈ, ਮੈਂ ਮਸਤ ਹਾਂ ਉਹਦੇ ਰੰਗ ਵਿੱਚ, ਉਹਦੇ ਪਿਆਰ ਵਿੱਚ। ਕਹਿੰਦੇ ਮੇਰੀ ਇਹ ਮਤ ਮਸਤਾਨੀ ਰੁੱਤ ਬਣ ਗਈ, ਹਰ ਵੇਲੇ ਹਿਰਦਾ ਝੂਮਦਾ ਏ। ਸੰਤ ਸਿੰਘ ਸ਼ੁਭ ਨਾਮ, ਪਰ ਮੈਨੂੰ ਮਤ ਦੇਣ ਵਾਲਾ ਮੇਰਾ ਗੁਰੂ। ਕਵੀ ਕਹਿੰਦੇ ਮੇਰੇ ਗੁਰੂ ਵਿਦਿਆ ਦਾਤੇ ਦਾ ਨਾਮ ਹੈ ਸੰਤ ਸਿੰਘ। ਕਵੀ ਭਾਈ ਸੰਤੋਖ ਸਿੰਘ ਜੀ ਦੇ ਜਿਨ੍ਹਾਂ ਤੋਂ ਵਿਦਿਆ ਲਈ, ਜਿਨ੍ਹਾਂ ਕੋਲੋਂ ਪੜ੍ਹੇ, ਨਾਮ ਸੀ ਉਹਨਾਂ ਦਾ ਕਵੀ ਸੰਤ ਸਿੰਘ। ਸੰਤ ਸਿੰਘ ਸ਼ੁਭ ਨਾਮ, ਕਹਿੰਦੇ ਦੱਸੇ ਸਤਿਗੁਰਾਂ ਤੋਂ ਬਾਅਦ ਮੇਰੀ ਵਿਦਿਆ ਦੇਣ ਵਾਲੇ ਉਸ ਦਾਤੇ ਨੂੰ ਨਮਸਕਾਰ, ਮੇਰੀ ਨਮਸਕਾਰ ਹੈ, ਮੇਰੀ ਬੇਨਤੀ ਹੈ, ਸਜਦਾ ਹੈ, ਕਰਨਾ ਹੈ। ਅਤੇ ਜਿੱਦਣ ਸਾਡੇ ਜੀਵਨ ਵਿੱਚ ਆ ਗਿਆ ਨਾ, ਪਹਿਲਾਂ ਗੁਰੂ ਨੂੰ ਮੱਥਾ ਟੇਕਿਆ, ਅਤੇ ਜਿਹਨੇ ਸਾਨੂੰ ਸੰਥਿਆ ਕਰਾਈ, ਜਿਹਨੇ ਸਾਨੂੰ ਸ਼ਬਦ ਸਿਖਾਇਆ, ਜਿਹਨੇ ਸਾਨੂੰ ਪੜ੍ਹਨਾ ਸਿਖਾਇਆ, ਜਿਹਨੇ ਸਾਨੂੰ ਗੁਰੂ ਨਾਲ ਜੋੜਿਆ, ਜਿੱਦਣ ਸਾਡੇ ਜੀਵਨ ਵਿੱਚ ਅਹਿਸਾਨ ਬਣ ਗਿਆ ਨਾ ਪ੍ਰੇਮ, ਵੀ ਗੁਰੂ ਤੋਂ ਬਾਅਦ ਉਸ ਸਿੱਖ ਨੂੰ ਨਮਸਕਾਰ। ਜੀਵਨ ਵਿੱਚ ਤਾਂ ਵੀ ਰਹਿਣਾ ਕੋਈ ਔਖਾ, ਸਤਨਾਮ ਕਿਉਂਕਿ ਜਿਹੜਾ ਆਪਣੇ ਗੁਰੂ ਨੂੰ ਭੁੱਲ ਜਾਂਦਾ ਨਗਰਾ ਹੁੰਦਾ ਮਨ ਨੂੰ। ਇੱਕ ਤਾਂ ਸਤਿਗੁਰੂ ਨੇ, ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ, ਇੱਕ ਉਹ ਗੁਰੂ ਜਿਹੜਾ ਵਿਦਿਆ ਦਾ ਦਾਤਾ ਹੈ, ਜਿਹਨੇ ਵਿਦਿਆ ਦੇ ਅੱਖਰ ਸਿਖਾਏ, ਪੰਜਾਬੀ ਪੜ੍ਹਨੀ ਸਿਖਾਈ, ਗੁਰਮੁਖੀ ਸਿਖਾਈ, ਬਾਣੀ ਦਾ ਉਚਾਰਨ ਸਿਖਾਇਆ, ਗੁਰੂ ਕੋਲ ਬਹਿਣਾ ਸਿਖਾਇਆ। ਕਹਿੰਦੇ ਉਸ ਗੁਰੂ ਨੂੰ ਵੀ ਬੰਦਾ ਦੇਖਦੇ, ਜੀਵਨ ਤੇ ਮਿਲ ਗਿਆ ਸੀ ਰੱਬ ਦੀ ਕਿਰਪਾ ਨਾਲ, ਜੇ ਗੁਰੂ ਹੀ ਨਾ ਮਿਲਦਾ ਜੀਵਨ 'ਚ ਕੋਈ ਜੁੜਨਾ ਨਾ, ਸਾਨੂੰ ਗੁਰਮਤ ਨਾਲ ਹੀ ਨਾ ਜੋੜਦਾ, ਸਾਨੂੰ ਸਿੱਖੀ ਨਾਲ ਹੀ ਨਾ ਜੋੜਦਾ, ਕੀ ਕਰ ਲੈਂਦੇ ਅਸੀਂ, ਪਤਾ ਨਹੀਂ ਕਿੱਥੇ ਭਟਕਦੇ ਫਿਰਦੇ। ਕਵੀ ਕਹਿੰਦੇ ਮੇਰੇ ਵਰਗੇ ਨਮਾੜੇ ਪਤਾ ਨਹੀਂ ਕਿੱਥੇ ਕਿੱਥੇ ਫਿਰਦੇ ਸੀ, ਮੈਂ ਨਮਸਕਾਰ ਉਸ ਗੁਰੂ ਨੂੰ ਕਰਦਾ ਸੰਤ ਸਿੰਘ ਪਿਆਰੇ ਨੂੰ,
ਜਿਹਨੇ ਬਾਹ ਫੜ ਮੈਨੂੰ ਚਾਰ ਥੱਪੜ ਲਾ ਵਿਦਿਆ ਪੜ੍ਹਾ ਦੀ। ਕਹਿੰਦੇ ਅੱਜ ਸੋਨੇ ਦੀਆਂ ਪਾਲਕੀਆਂ 'ਚ ਮੈਂ ਨਹੀਂ, ਮੇਰੇ ਗੁਰੂ ਦਾ ਨਾਮ ਰਹਿੰਦਾ, ਆਖੋ ਸਤਨਾਮ, ਕਿਉਂਕਿ ਸੰਤ ਸਿੰਘ ਦੇ ਹਿਰਦੇ ਵਿੱਚ ਵੱਸਦਾ ਸੀ ਕਲਗੀ ਵਾਲਾ ਪਿਤਾ। ਜਿਹਨੇ ਸਾਨੂੰ ਜੀਵਨ 'ਚ ਕੁਝ ਸਿਖਾਇਆ ਹੋਵੇ ਨਾ, ਉਹਦਾ ਅਹਿਸਾਨ ਵੀ ਭੁੱਲਣਾ ਚਾਹੀਦਾ। ਉਹ ਕੈਸਾ ਵੀ ਗੁਣ ਹੋਵੇ, ਕਿਸੇ ਨੇ ਗੱਡੀ ਸਿਖਾਈ ਹੈ, ਗੁਰੂ ਵੀ ਹੋਣ ਦਿੱਤਾ। ਮਾਂ ਬਾਪ ਨੂੰ ਗੁਰੂ ਕਿਉਂ ਕਹਿੰਦੇ ਆ? ਕਿਉਂਕਿ ਮਾਂ ਤੁਰਨਾ ਸਿਖਾਉਂਦੀ ਹੈ, ਪਿਓ ਬੋਲਣਾ ਸਿਖਾਉਂਦਾ ਹੈ, ਇਸ ਲਈ ਗੁਰੂ। ਅਤੇ ਜਿਹੜਾ ਇਹਨਾਂ ਦੀ ਇੱਜ਼ਤ ਨਹੀਂ ਕਰਦਾ, ਉਹਦੀ ਇੱਜ਼ਤ ਹੁੰਦੀ ਹੈ ਕਿਤੇ ਵੀ। ਕਵੀ ਕਹਿੰਦੇ, ਮੈਂ ਆਪਣੇ ਗੁਰੂ ਸੰਤ ਸਿੰਘ ਨੂੰ ਨਮਸਕਾਰ ਕਰਦਾ, ਜਿਨ੍ਹਾਂ ਨੇ ਵਿੱਦਿਆ ਦਾ ਗੁਣ ਦੇ ਕੇ ਇੰਨੇ ਯੋਗਾ ਕੀਤਾ ਏ। ਵਿਦਿਆ ਜਿਨ ਤੇ ਮੈਂ ਪਠੀ, ਤਿੰਨ ਪਦ ਕਰੋ ਪ੍ਰਣਾਮ, ਝੁਕ ਝੁਕ ਕੇ ਉਹਨਾਂ ਪਿਆਰਿਆਂ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ, ਜਿਨ੍ਹਾਂ ਨੇ ਮੈਨੂੰ ਗੁਰਮਤਿ ਦੀ ਵਿਦਿਆ ਦਿੱਤੀ। ਸੱਚੀ ਬਹੁਤ ਆਨੰਦ ਹੈ ਜਿਸ ਗੁਰੂ ਪਿਆਰੇ ਸੱਜਣ ਨੇ ਸਾਨੂੰ ਧਰਮ ਦੀ ਵਿਦਿਆ ਸਿਖਾਈ ਹੋਵੇ, ਕਿਤੇ ਮਿਲਦੇ ਜਾ ਚਿਤ ਕਰਦਾ ਭੱਜ ਕੇ ਉਹਦੇ ਚਰਨਾਂ ਤੇ ਮੱਥਾ ਟੇਕ। ਜੇ ਕਿਤੇ ਉਹ ਸੱਜਣ ਨਾ ਹੁੰਦੇ ਜੀਵਨ ਵਿੱਚ, ਕਿੱਥੇ ਰੋਲੇ ਹੋਣਾ ਸੀ, ਕਿਹਨੇ ਪੁੱਛਣਾ ਸੀ, ਕਿਹਦੇ ਕੋਲ ਇੱਡੀ ਮੱਤ ਹੋਣੀ ਸੀ, ਕਿਹਦੇ ਕੋਲ ਗੁਰੂ ਦਾ ਗਿਆਨ ਹੋਣਾ ਸੀ, ਕਿਹਦੇ ਕੋਲ ਪਿਆਰ ਹੋਣਾ ਸੀ, ਕਿਹਦੇ ਭਾਗ ਵੱਡੇ ਹੋਣੇ ਸੀ। ਗੁਰੂ ਦੀ ਕਿਰਪਾ ਹੈ, ਜਿਸ ਗੁਰੂ ਨੇ ਕੰਨ ਫੜ ਫੜ ਕੇ ਆਪਣਾ ਸਮਾਂ ਖਰਾਬ ਕਰ ਕਰਕੇ ਆਪਣੇ ਪਿਆਰੇ ਨੂੰ ਵਿਦਿਆ ਸਿਖਾਈ, ਦੁੱਖ ਖੰਭ ਦੇ ਕੇ ਉੱਡਣਾ ਸਿਖਾਤਾ, ਜਾ ਗੁਰੂ ਦੇ ਗਿਆਨ ਦੀਆਂ ਤਾਰੀਆਂ ਲਾ ਲੈ, ਚੁੱਲੀਆਂ ਲਾ ਲੈ। ਕਵੀ ਕਹਿੰਦੇ, ਮੈਂ ਆਪਣੇ ਗੁਰੂ ਸੰਤ ਸਿੰਘ ਦੇ ਚਰਨ ਫੜ ਫੜ ਕੇ ਮੱਥੇ ਟੇਕਦਾ, ਉਹਦੇ ਪੈਰਾਂ ਨੂੰ ਚੁੰਮਦਾ ਹਾਂ। ਕਵਿਤ ਸੁਤਾ ਸਵਿਤਾਸ ਕੀ, ਨਸਿਆ ਪਾਪ ਰਾਸ ਕੀ। ਜਿੱਦਣ ਸੰਤ ਸਿੰਘ ਜੀ ਨੇ ਮੈਨੂੰ ਵਿਦਿਆ ਦਾ ਗੁਣ ਸਿਖਾਇਆ, ਉਹ ਤੋਂ ਪਹਿਲਾਂ ਤੇ ਮੇਰੀ ਮੱਤ ਕਹਿੰਦੀ ਬੜੀ ਮੈਲੀ ਸੀ, ਪਰ ਗੁਰੂ ਦੀ ਗਿਆਨ ਨੇ ਮੇਰੀ ਮੱਤ ਕਿਹੋ ਜਿਹੀ ਕਰਤੀ? ਕਹਿੰਦੇ ਜਿਵੇਂ ਜਮਨਾ ਦਾ ਪਾਣੀ ਬੜਾ ਸਾਫ਼ ਸੁਥਰਾ। ਅੱਜ ਦੀ ਜਮਨਾ ਨਹੀਂ, ਅੱਜ ਤੇ ਗੰਧ ਹੈ, ਪਹਿਲਾਂ ਜਮਨਾ ਵਰਗੀ ਨਦੀ ਇਸ ਧਰਤੀ 'ਤੇ ਕੋਈ ਨਹੀਂ ਸੀ ਸਾਫ਼। ਗੰਗਾ ਅਤੇ ਜਮਨਾ ਦੋਵੇਂ ਪਵਿੱਤਰ ਨਦੀਆਂ ਸੀ, ਪਵਿੱਤਰ ਦਾ ਮਤਲਬ ਸਾਫ਼ ਸੁਥਰੀ, ਹੁਣ ਨਹੀਂ ਹੈਗੀ। ਇਸੇ ਕਰਕੇ ਬਾਣੀ ਨੂੰ ਲਿਖਣਾ ਪਿਆ, ਜਮਨਾ ਕੈ ਪੂਲ ਖੇਲ ਖੇਲੇ ਉਹ ਨਗਿੰਦ ਸੀ। ਕ੍ਰਿਸ਼ਨ ਖੇਲਦੇ ਰਹੇ ਜਮਨਾ ਦੇ ਕਿਨਾਰੇ। ਸਭ ਤੋਂ ਪਵਿੱਤਰ ਬਾਣੀ ਸੀ, ਸਭ ਤੋਂ ਸਵੱਛ ਬਾਣੀ ਸੀ, ਜੜੀਆਂ ਬੂਟੀਆਂ ਵਾਲਾ ਪਹਾੜਾਂ 'ਚੋਂ ਆਉਂਦਾ ਸੀ। ਕਹਿੰਦੇ ਮੇਰਾ ਮਨ ਜਮਨਾ ਦੀ ਘੁੰਮਣ ਘੇਰੀ ਵਰਗਾ ਕਰਦਾ, ਜਦੋਂ ਮੈਂ ਨੇੜੇ ਆਇਆ ਧਰਮ ਦੀ ਵਿਦਿਆ ਦੀ, ਕਹਿੰਦੇ ਮਨ ਉਲਝਿਆ ਰਹਿੰਦਾ ਸੀ, ਇਹ ਵਿਦਿਆ ਨੇ ਮੇਰਾ ਕੀ ਕਰਨਾ ਹੈ, ਇਸ ਵਿਦਿਆ ਨਾਲ ਮੇਰਾ ਕੀ ਹੋਣਾ ਹੈ। ਕਹਿੰਦੇ ਇੱਕ ਦਿਨ ਇਸ ਵਿਦਿਆ ਨੇ ਮੈਨੂੰ ਇੰਨਾ ਕੁ ਨਿਥਾ ਦਿੱਤਾ, ਜਿਵੇਂ ਨਦੀਆਂ ਦਾ ਪਾਣੀ ਡੋਬ ਵੀ ਦਿੰਦਾ ਅਤੇ ਤਾਰ ਵੀ ਦਿੰਦਾ। ਕਹਿੰਦੇ ਇਸ ਵਿਦਿਆ ਨੇ ਮੇਰਾ ਜੀਵਨ ਉਤਾਰਿਆ, ਇਸ ਵਿਦਿਆ ਨੇ ਮੈਨੂੰ ਪੂਜਨੀਕ ਬਣਾਇਆ ਏ। ਦਵਈਆ ਮੋਖ ਦਾਸ ਕੀ, ਲਖੈ ਜੋ ਨੇਮ ਜਮਨਾ। ਕਹਿੰਦੇ ਜਿਵੇਂ ਮੁਕਤੀ ਦਾ ਘਰ ਮੰਨਦੇ ਲੋਕ ਜਮਨਾ ਨੂੰ, ਉਹ ਭਾਵੇਂ ਮਥੁਰਾ ਦੇ ਰੰਗ ਜੋ ਮੁਕਤੀ ਦਾ ਘਰ ਨੇ ਘਾਟ ਬਣੇ ਨੇ ਥਾਵਾਂ ਥਾਵਾਂ 'ਤੇ। ਕਹਿੰਦੇ ਬਸ ਗੁਰੂ ਦੀ ਮਹਿਮਾ ਇੱਕ ਜਮਨਾ ਸੀ, ਜਿਸ ਜਮਨਾ ਦੇ ਵਹਿਣ ਵਿੱਚ ਮੇਰਾ ਮਨ ਰਹਿ ਗਿਆ, ਫਿਰ ਪਤਾ ਹੀ ਲੱਗਿਆ ਮੈਂ ਕਿਹੜੇ ਪਾਰ ਹੋ ਗਿਆ, ਭਿੱਜੀ ਚਲੇ ਸਮਾ ਗਿਆ। ਅਤੇ ਸੱਚੀ ਗੁਰੂ ਦੀ ਮੱਤ, ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦਾ ਪ੍ਰੇਮ ਇੱਕ ਦਰਿਆ ਸਮੁੰਦਰ ਦੀ ਘੁੰਮਣ ਘੇਰੀ ਹੁੰਦਾ, ਵਿੱਚ ਘੁੰਮ ਘੁੰਮ ਆਨੰਦ ਹੀ ਬੜਾ ਹੈ, ਕਿਨਾਰਿਆਂ ਨੂੰ ਜੀਵ ਨਹੀਂ ਕਰਦਾ। ਕਵੀ ਕਹਿੰਦੇ ਐਸਾ ਮਨ ਪਵਿੱਤਰ ਬਣਿਆ, ਐਸੀ ਕਿਰਪਾ ਬਣੀ, ਸੱਚੀ ਗੁਰੂ ਦਾ ਪਿਆਰ ਅਤੇ ਗੁਰੂ ਦੀ ਮੱਤ ਦਾ ਬੜਾ ਸਹਾਰਾ ਜੀਵਨ 'ਚ।
ਇੱਕ ਲੋਕ ਉਹ ਨੇ ਜਿਹਨਾਂ ਨੂੰ ਠੋਕਰ ਖਾ ਕੇ ਸਮਝ ਆਉਂਦੀ ਵੀ ਆਪਣਾ ਕੋਈ, ਦੁਨੀਆਂ ਉਦੋਂ ਕਹੂਗੀ ਜਦੋਂ ਕੋਈ ਆਪਣਾ ਮਾਰ ਮਾਰ ਦੇ ਆਪਣਾ ਧੋਖਾ ਕਰਦੇ, ਕਹਿੰਦੇ ਯਾਰ ਦੁਨੀਆਂ 'ਤੇ ਕੋਈ ਕਿਸੇ ਦਾ ਨਹੀਂ। ਚਾਰ ਦਿਨਾਂ ਬਾਅਦ ਫਿਰ ਉਹੀ ਬੰਦਾ ਲੋਕਾਂ ਦੀ ਪੂਛ ਵੜਿਆ, ਫਿਰ ਫੜਕਾਉਂਦਾ ਵਿੱਚ ਪੈਰ ਫੜਦਾ। ਪਰ ਇੱਕ ਉਹ ਆ ਜਿਹਦੇ ਕੋਲ ਗੁਰੂ ਦੀ ਮਾਤਾ ਸਿੱਧਾ ਕਹਿੰਦਾ ਹੈ, ਮਾਤ ਪਿਤਾ ਕੌਣ ਹੈ ਦਾਤਾ, ਕਹਿੰਦੇ ਹੈ ਹੀ ਕੋਈ ਕਿਸੇ ਦਾ ਨਹੀਂ ਇੱਥੇ, ਨਾ ਮਾਂ ਆਪਣੀ, ਨਾ ਪਿਓ ਆਪਣਾ, ਨਾ ਭੈਣ ਆਪਣੀ, ਨਾ ਭਰਾ ਆਪਣਾ, ਨਾ ਪਤੀ ਆਪਣਾ, ਨਾ ਪਤਨੀ ਆਪਣੀ, ਸਭ ਰਿਸ਼ਤਿਆਂ ਵਿੱਚ ਮਾਇਆ ਕਰਕੇ ਬੰਨੇ ਨੇ। ਗਰੀਬ ਬੰਦਾ ਬੇਰੁਜ਼ਗਾਰ ਹੋਵੇ ਨਾ, ਘਰ ਵਾਲੀ ਵੀ ਕਹਿੰਦੀ ਆ ਓਏ ਬਿਸਤਰਾ ਤੋੜਿਆ ਭਾਜਾ ਨੇ, ਮੈਂ ਰਹਿਣਾ ਨਹੀਂ ਇੱਥੇ, ਉਹ ਵੀ ਕੁਛ ਨਹੀਂ ਕਰਦੀ। ਮਾਂ ਬਾਪ ਵੀ ਪੁੱਤ ਨੂੰ ਕਹਿੰਦੇ ਆ ਤੂੰ ਨਸ਼ੇ ਕਰਦਾ ਰੁਜ਼ਗਾਰ ਹੋ ਮਰ ਜਾ ਸਾਡੇ ਕੋਲ, ਅਤੇ ਮਾਂ ਬਾਪ ਲਾਚਾਰ ਹੋਣ, ਪੈਨਸ਼ਨ ਨਾ ਹੋਵੇ, ਧੀ ਪੁੱਤ ਘਰੋਂ ਕੱਢ ਦਿੰਦੇ ਆ। ਕਦੇ ਪੈਨਸ਼ਨ ਵਾਲੇ ਨੂੰ ਕੱਢਦੇ ਦੇਖੇ ਆ? ਮੈਂ ਤਾਂ ਨਹੀਂ ਵੇਖਿਆ ਵੀ ਜਿਹਦੇ ਪਿਓ ਦੀ 2 ਲੱਖ ਪੈਨਸ਼ਨ ਆਵੇ ਉਹ ਤਾਂ ਪਹਿਲਾਂ ਪੁੱਠਾ ਰੋਟੀ ਖਾਂਦਾ। ਜੇ ਕੋਈ ਆ ਕੇ ਨੂੰ ਭੱਜੀ ਆਉਂਦੀ ਉਹ ਪਾਪਾ ਜੀ ਨੂੰ ਨਾ ਕੁਛ ਕਹਿ ਦਿਓ, ਪਾਪਾ ਜੀ ਦਾ ਚੱਕਰ ਨਹੀਂ ਹੈ। ਵੇਖਿਓ ਕਿਤੇ ਬੁੜਾ 2 ਲੱਖ ਨਾ ਉੱਪਰ ਲੈ ਆਖੋ ਸਤਨਾਮ, ਉਹਨੂੰ ਨਾ ਕਹਿ ਦਿਓ ਕੁਛ। ਬਜ਼ੁਰਗ ਬਜ਼ੁਰਗ ਹੀ ਹੁੰਦੇ ਆ, ਅਤੇ ਜਿਹੜਾ ਵਿਚਾਰਾ ਗਰੀਬ ਪਿਓ ਹੋਵੇ ਉਹਨੂੰ ਕੌਣ ਪੁੱਛਦਾ, ਲੱਤਾਂ ਮਾਰਦੇ ਫਿਰਦੇ ਕਹਿੰਦੇ ਰੋਟੀਆਂ ਖਾਂਦਾ ਮਾਣਾ ਬੋਤ, ਚੱਲ ਘਰ ਤੋਂ ਬਾਅਦ ਦੁਖੀ ਕੀਤਾ। ਅਤੇ ਜੇ ਉਹ ਹੀ ਲੈ ਕੇ ਆਵੇ 2 ਲੱਖ ਪੈਨਸ਼ਨ ਅਤੇ ਫਿਰ ਗੋਟੇ ਘੁੱਟਦੇ ਫਿਰਦੇ, ਕਹਿੰਦੇ ਸਾਡਾ ਬਾਪੂ ਤੇਰਾ ਬਹਿ ਰੱਬ ਰੱਬ ਕੋਈ ਨਹੀਂ, ਬਾਪੂ ਪੈਨਸ਼ਨ ਕਹਿੰਦੇ ਨਾ ਕਰਾ ਦੇਣਾ, ਅਤੇ ਬਾਪੂ ਨੂੰ ਮੋਟਿਆਂ 'ਤੇ ਚੱਕੀ ਫਿਰੋਗੇ, ਕੱਢੋ ਬਾਹਰ ਕਰ ਦਿਓ, ਇਹ ਕੀ ਲੱਗਦਾ ਸਾਡਾ, ਇਹ ਸਭ ਰਿਸ਼ਤੇ ਢੱਕੇ ਮਾਇਆ ਦੀ ਲਪੇਟਣ ਦੇ ਵਿੱਚ। ਕਵੀ ਕਹਿੰਦੇ ਮੈਨੂੰ ਇਸ ਮੱਤ ਦੀ ਜਮਨਾ ਵਿੱਚ ਆ ਕੇ ਪਤਾ ਲੱਗਿਆ, ਬੜੀਆਂ ਨਦੀਆਂ ਜਮਨਾ ਤੇ ਗੰਗਾ ਵਿੱਚ ਮਿਲੀਆਂ, ਗੰਗਾ ਤੇ ਜਮਨਾ ਦਾ ਰੂਪ ਹੋ ਗਈਆਂ, ਮੁੜ ਕੇ ਉਹਨਾਂ ਦੀ ਆਪਣੀ ਔਕਾਤ ਕੋਈ ਨਾ ਰਹੀ। ਕਹਿੰਦੇ ਜਿੱਦਣ ਦਾ ਮੈਂ ਗੁਰੂ ਨਾਲ ਜੁੜਿਆ ਮੈਂ ਹੀ ਨਹੀਂ ਰਿਹਾ, ਗੁਰੂ ਦਾ ਰੂਪ ਹੋ ਗਿਆ। ਕਹਿੰਦੇ ਮੇਰੇ ਵਰਗੇ ਨਿਮਾਣੇ ਦੀ ਗੱਲ ਵੀ ਗੁਰੂ ਨਾਨਕ ਦੇ ਘਰ ਵਿੱਚ ਹੁੰਦੀ ਆ, ਸਤਨਾਮ। ਉਹ ਕਿੰਨਾ ਪਿਆਰਾ ਮਹਾਂਕਵੀ ਹੋਣਾ ਜਿਹਨੇ ਇਤਿਹਾਸਕ ਸਥਾਨ, ਪੰਥਕ ਸਥਾਨ, ਧਾਰਮਿਕ ਸਥਾਨ, ਜਦ ਵੀ ਗੁਰੂ ਦੀ ਗੱਲ ਹੁੰਦੀ ਕਿਹਾ ਜਾਂਦਾ ਕਵੀ ਰਾਜ ਭਾਈ ਸੰਤੋਖ ਸਿੰਘ ਜਿਹਦੀ ਮਹਿਮਾ ਗੁਰੂ ਕੇ ਪਿਆਰੇ ਕਥਾ ਵਾਚਕ, ਗੁਰੂ ਦੇ ਪ੍ਰਚਾਰਕ ਰੱਬ ਵਾਂਗੂ ਰੋਜ਼ ਕਰਦੇ ਆ, ਕਿਉਂਕਿ ਉਹਨੇ ਆਪਣਾ ਗੁਰੂ ਪੂਜਿਆ, ਉਹਨੇ ਆਪਣੇ ਜੀਵਨ ਵਿੱਚ ਆਪਣੇ ਸਤਿਗੁਰੂ ਨੂੰ ਮੁੱਖ ਰੱਖਿਆ। ਬੜੇ ਗ੍ਰੰਥ ਕਵੀ ਜੀ ਨੇ ਹੋਰ ਵੀ ਲਿਖੇ ਆ, ਪਰ ਕਿਤਨੇ ਲਿਖਦਾ ਇਹ ਤੋਂ ਬਾਅਦ ਗੱਲ ਨਿਬੇੜਦੀ, ਕਹਿੰਦੇ ਹੁਣ ਨਹੀਂ ਕੁਛ ਲਿਖਣ ਜੋ ਪਾ ਰਿਹਾ। ਗੁਰੂ ਨੂੰ ਸਮਰਪਿਤ ਹੋ ਗਏ ਏਕ ਬਾਰ ਬਾਰ ਛੂਏ ਪਾਵਨ ਦਾ ਪਾਵਨ ਕੈ। ਇੱਕ ਵਾਰ ਗੁਰੂ ਦੇ ਪਿਆਰ ਦੀ ਕਹਿੰਦੇ ਗਤੀ ਵਾਲੀ ਨਦੀ ਛੂਹੇ ਨਾ ਪਾਵਨ ਕਰ ਦਿੰਦੀ, ਉਹਨੂੰ ਗੁਰੂ ਦਾ ਗਿਆਨ, ਗੁਰੂ ਦੀ ਮੱਤ, ਸਤਿਗੁਰ ਦਾ ਸ਼ਬਦ, ਸਤਿਗੁਰ ਦਾ ਇਤਿਹਾਸ ਜਿਹਨਾਂ ਇੱਕ ਵਾਰ ਹੀ ਸੁਣ ਲਿਆ ਨਾ, ਉਹ ਦੱਸੇ ਸਤਿਗੁਰਾਂ ਦੇ ਕਾਇਲ ਹੋ ਜਾਂਦੇ ਨੇ, ਕਾਇਲ ਜਾਨਵਰ ਹੋ ਜਾਂਦੇ ਉਹ ਸਿੱਖ ਆਪਣੇ ਗੁਰੂ ਤੋਂ। ਕਹਿੰਦੇ ਯਾਰ ਇੰਨੇ ਪਿਆਰੇ ਸਾਡੇ ਸਤਿਗੁਰੂ, ਅਸੀਂ ਤੇ ਭੁੱਲੇ ਫਿਰਦੇ ਸੀ, ਕਦੇ ਪਤਾ ਹੀ ਨਹੀਂ ਲੱਗਿਆ ਵੀ ਗੁਰੂ ਨਾਨਕ ਸਾਹਿਬ ਦੀ ਇੱਡੀ ਵੱਡੀ ਅਪਰੰਪਾਰ ਮਹਿਮਾ, ਮਰਦ ਨੇ ਇੰਨਾ ਕੁਛ ਕਰਤਾ, ਪਤਾ ਹੀ ਨਹੀਂ ਸੀ ਬਈ, ਭੁੱਲੇ ਹੀ ਫਿਰਦੇ ਸੀ। ਚਾਰ ਕਿਤਾਬਾਂ ਦਾ ਪਤਾ ਸੀ ਬਸ, ਲੇਖ ਲਿਖ ਲਿਆ ਗੁਰੂ ਨਾਨਕ ਸਾਹਿਬ, ਗੁਰਪੁਰਬ ਮਨਾ ਲਏ, ਲੱਡੂ ਜਲੇਬੀਆਂ ਖਾ ਲਈਆਂ, ਜੋਤੀ ਜੋਤ ਆ ਗਿਆ ਉਹ ਮਨਾ ਲਿਆ, ਠੀਕ ਹੈ ਜੀ ਵਧੀਆ ਚੜ੍ਹਦੀ ਗਲਾ। ਪਰ ਕਹਿੰਦੇ ਇੱਧਰ ਕਥਾ ਸੁਣੀ ਪਤਾ ਉੱਦਣ ਲੱਗਿਆ ਕਿ ਗੁਰੂ ਸਾਹਿਬਾਂ ਦਾ ਜੀਵਨ ਬੜਾ ਵਿਲੱਖਣ ਸੀ, ਬੜਾ ਮਹਿਮਾ ਵਾਲਾ ਸੀ, ਉੱਚਾ ਸੀ, ਕਿੰਨਿਆਂ ਦਾ ਉਹਨਾਂ ਭਲਾ ਕੀਤਾ, ਗੁਰੂ ਦੀ ਕਥਾ ਬਿਨਾਂ ਦਾ ਨਹੀਂ ਪਤਾ ਲੱਗਿਆ, ਨਾ ਮੈਨੂੰ ਪਤਾ ਸੀ ਨਾ ਤੁਹਾਨੂੰ ਪਤਾ ਸੀ। ਪਤਾ ਕਦੋਂ ਲੱਗਿਆ? ਜਿੱਦਣ ਸਤਿਗੁਰੂ ਦੀ ਕਿਰਪਾ ਹੋਈ, ਗੁਰੂ ਦੀ ਮੱਤ ਨੂੰ ਸੁਣਿਆ। ਕਵੀ ਕਹਿੰਦੇ ਕਿ ਜਮਨਾ ਨਾ ਜਿਹੜੀ ਗਿਆਨ ਦੀ,
ਇਹਦਾ ਪਾਣੀ ਜਿਹੜੇ ਜਿਹੜੇ ਕੰਢੇ ਨੂੰ ਛੋਹੇ ਕੰਢਾ ਵੀ ਪਵਿੱਤਰ ਹੁੰਦਾ ਏ। ਪਾਨ ਤੈ ਇਸ਼ਨਾਨ ਤੈ ਦੁਖਦ ਤਿੰਨ ਜਮ ਨਾ। ਇਸ ਪਾਣੀ ਨੂੰ ਪੀਤੇ ਆ ਮਹਿਮਾ ਦਾ ਸੁਣਿਆ ਤੂੰ ਕਹਿੰਦੇ ਜਮ ਨੇੜੇ ਨਹੀਂ ਆਉਂਦੇ। ਗੁਰੂ ਦੀ ਕਥਾ ਕੀਤੇ ਆ ਜੀਵਨ ਵਿੱਚ ਦੁੱਖ ਗਮ ਨਹੀਂ ਆਉਂਦਾ, ਐਡਾ ਮਨ ਦਲੇਰ ਹੋ ਜਾਂਦਾ ਹੈ ਗੁਰੂ ਦੀ ਮਹਿਮਾ ਸੁਣਿਆ ਕਰਿਆ ਤੋਂ। ਜਦੋਂ ਕੋਈ ਬੰਦਾ ਕਿਸੇ ਨਾਲ ਕਰਦਾ ਕੁਛ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਤੇ ਦੁਨੀਆਂ ਦੀ ਰੀਤ ਆ, ਮੈਂ ਆਸ ਕੀ ਰੋਕੀ ਰੱਖਾਂ ਪਤਾ। ਇੱਕ ਆਸਾ ਰੱਖ ਕੇ ਟੁੱਟ ਕੇ ਰੋਂਦਾ ਹੈ, ਇੱਕ ਪਹਿਲਾਂ ਹੀ ਹੱਸੀ ਜਾਂਦਾ ਹੈ ਮੈਨੂੰ ਪਤਾ ਸੀ ਜ਼ਮਾਨਾ ਇਹ ਕਰੇਗਾ, ਪਤਾ ਸੀ ਜ਼ਮਾਨੇ ਨੇ ਕਰਨਾ ਹੈ ਕਿਉਂਕਿ ਜ਼ਮਾਨੇ ਦੀ ਰਵਾਇਤ ਹੈ। ਕਵੀ ਕਹਿੰਦੇ ਇਸ ਜਮਨਾ ਦੇ ਵਿੱਚੋਂ ਕਿੰਨਾ ਕੁਛ ਪ੍ਰਾਪਤ ਹੋਇਆ, ਗਿਆਨ ਪ੍ਰੇਮ ਸ਼ਰਧਾ ਭਰੋਸਾ। ਹੁਣ ਰੰਗ ਕਥਾ ਦਾ ਚੜ੍ਹਿਆ ਐਸਾ ਏ ਪਰਿਵਾਰ ਦੇ ਲੋਕ ਵੀ ਕਹਿੰਦੇ ਆ ਕਹਿੰਦੇ ਤੇਰਾ ਜੀਵਨ ਬਦਲ ਗਿਆ, ਤੂੰ ਪਹਿਲਾਂ ਵਾਲਾ ਨਹੀਂ ਰਿਹਾ, ਪਹਿਲਾਂ ਵਾਲਾ ਨਹੀਂ ਹੈ, ਤੇਰਾ ਸੁਭਾਅ ਬਦਲ ਗਿਆ, ਤੇਰੇ ਚ ਲਿਆਕਤ ਆ ਗਈ ਹੈ, ਤੇਰਾ ਰੂਪ ਬਦਲ ਗਿਆ, ਤੇਰਾ ਸਰੂਪ ਬਦਲ ਗਿਆ। ਕਵੀ ਕਹਿੰਦੇ ਜਿਹਨੇ ਉਂਜਲ ਭਰ ਕੇ ਵੀ ਇਸ ਮਹਿਮਾ ਦਾ ਸੁਣਿਆ, ਜਿਹਨੇ ਚੁੱਭੀ ਵੀ ਇਹਦੇ ਵਿੱਚ ਲਾ ਲਈ, ਇਸੇ ਦਾ ਰੂਪ ਹੋਇਆ ਏ। ਸ਼ਾਮ ਜਲ ਜਲਜ ਬਿਲੋਚਨੀ ਕੋ, ਸ਼ਾਮ ਪਤ ਚੰਚਲ ਅਫਲ ਜਿਨ ਛਲਿਓ ਕਾਲ ਜਮਨਾ। ਕਹਿੰਦੇ ਜਿਵੇਂ ਜਮਨਾ ਦੇ ਪਾਣੀ ਘੁੰਮਦੀਆਂ ਘੁੰਮਣ ਘੇਰੀਆਂ ਮਨ ਨੂੰ ਛੱਡਦੀਆਂ, ਮਨ ਨੂੰ ਮੋਹਦੀਆਂ ਦੀਆਂ। ਗੁਰੂ ਦੀ ਕਥਾ ਵਿੱਚੋਂ ਆਇਆ ਉਪਦੇਸ਼, ਆਇਆ ਗਿਆਨ, ਆਈ ਸਮਝ। ਕਈ ਵਾਰ ਇੰਨਾ ਕੁ ਮਨ ਉਡਾ ਲੈ ਜਾਂਦੀਆਂ ਖੁਸ਼ੀ ਵਿੱਚ, ਮਨ ਕਹਿੰਦਾ ਵੀ ਅੱਜ ਜੀ ਕਰਦਾ ਜਪਜੀ ਸਾਹਿਬ ਦੇ ਪੰਜ ਪਾਠ ਕਰਨਾ, ਅੱਜ ਜੀ ਕਰਦਾ ਉੱਚੀ ਉੱਚੀ ਸ਼ਬਦ ਗਾਵਾਂ, ਅੱਜ ਚਿੱਤ ਕਰਦਾ ਮੈਂ ਸਿਮਰਨ ਕਰਾਂ। ਕਹਿੰਦੇ ਇਹ ਘੁੰਮਣ ਘੇਰੀਆਂ ਆਉਂਦੀਆਂ ਨੇ ਜਿਹੜੇ ਗੁਰੂ ਦੀ ਕਥਾ ਨੂੰ ਇਸ ਜਮਨਾ 'ਚ ਚੁੱਭੀਆਂ ਲਾ ਕੇ ਪ੍ਰੇਮ ਨਾਲ ਸੁਣਦੇ ਆ। ਜਮਨਾ ਦੇ ਕਿਨਾਰੇ ਕ੍ਰਿਸ਼ਨ ਵੀ ਖੇਡਦੇ ਬੜਾ ਕੁਝ ਕਰਦੇ ਆ, ਅਤੇ ਜਮਨਾ ਦੇ ਕਿਨਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਉਂਦਾ ਸਾਹਿਬ ਬਾਣੀ ਹੀ ਜਾ ਕਿੰਨੀ ਸ਼ਾਂਤ ਆ ਉੱਥੇ, ਸਾਰੇ ਪਾਸੇ ਜਮਨਾ ਸ਼ੋਰ ਮਚਾਉਂਦੀ ਆਉਂਦੀ, ਕਦੇ ਪਾਉਂਦਾ ਸਾਹਿਬ ਜਾਇਓ ਸੁਆਜੀ ਪੀਸਫੁਲੀ ਪਰਖ ਲਈ ਜਾ ਕੇ ਕਰਾਮਾਤ। ਅੱਜ ਵੀ ਪਰਖ ਲਈ ਜਿਹੜੇ ਕਹਿੰਦੇ ਕਰਾਮਾਤਾਂ ਨਹੀਂ ਨਾ ਹੁੰਦੀਆਂ, ਜਾ ਕੇ ਦੇਖ ਲਓ ਉਨੇ ਦਾਇਰੇ ਵਿੱਚ ਉਨੇ ਇਲਾਕੇ ਵਿੱਚ ਜਿੱਥੇ ਤੱਕ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਹੈ ਆਵਾਜ਼ ਨਹੀਂ ਸੁਣੇਗੀ, ਤੇ ਕੋਲ ਵਾਲੇ ਪਾਸੇ ਜਾ ਕੇ ਖੜ ਜਾਓ, ਕੰਨ ਪਾੜ ਸ਼ਹਿਨਾਈਆਂ ਆਵਾਜ਼ਾਂ ਨੇ ਪਾਣੀ ਦਾ ਸ਼ੋਰ ਹੈ, ਉੱਥੇ ਜਮਨਾ ਦੀ ਸ਼ਾਂਤ ਹੋ ਗਈ। ਕਹਿੰਦੇ ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਦੀ ਸਿਫਤ ਗੁਰੂ ਦੀ ਕਥਾ ਦੀ ਜਮਨਾ ਆ ਗਈ ਨਾ, ਪਾਪਾਂ ਨੂੰ ਰੋੜ ਕੇ ਲੈ ਗਈ। ਜਾ ਕੇ ਅੰਨ ਸਾਹਮਣਾ ਵਿਘਨ ਗੁਣ ਸਮਨਾ, ਸਦੀਵ ਸਿੰਧ ਗਮਨਾ ਸੁਹਾਏ ਸ਼ੁਭ ਜਮਨਾ। ਜਿਵੇਂ ਜਮਨਾ ਗੰਗਾ ਅਤੇ ਗੋਦਾਵਰੀ ਜਾ ਕੇ ਸਮੁੰਦਰ 'ਚ ਸਮਾ ਜਾਂਦੀਆਂ ਨੇ, ਇਕਮਿਕ ਹੋ ਜਾਂਦੀਆਂ। ਕਹਿੰਦੇ ਗੁਰੂ ਦੀ ਮਹਿਮਾ ਸੁਣਨ ਵਾਲੇ, ਮਹਿਮਾ ਕਰਨ ਵਾਲੇ, ਮਹਿਮਾ ਗਾਉਣ ਵਾਲੇ ਇੱਕ ਦਿਨ ਗੁਰੂ ਸਮੁੰਦਰ ਦਾ ਰੂਪ ਬਣ ਜਾਂਦੇ ਆ, ਸਤਨਾਮ ਇੰਨੇ ਗਹਿਰੇ ਹੋ ਜਾਂਦੇ। ਕਹਿੰਦੇ ਉਹਨਾਂ ਨੂੰ ਗਾਮੀ ਨਹੀਂ, ਵਲ ਨਹੀਂ, ਛਲ ਨਹੀਂ, ਪ੍ਰੇਮ ਨਹੀਂ, ਤੇ ਜੀਵਨ ਮੁਕਤ ਹੋ ਜਾਂਦਾ, ਮੁਕਤੀ ਦੇ ਸਮੁੰਦਰ 'ਚ ਸਦਾ ਲਈ ਸਮਾਉਂਦੇ ਹਨ। ਛਪੈ ਸ਼੍ਰੀ ਜਮਨਾ ਸੁਖ ਕਰਨ ਹਰਨ ਦੁੱਖ ਦਰਨੀ ਕਲ ਮਲ। ਕਵੀ ਕਹਿੰਦੇ ਸਤਿਗੁਰੂ ਕਿਰਪਾ ਕਰਿਓ ਆਪ ਜੀ ਦੀ ਕਥਾ ਅੰਦਰ ਦੇ ਦੁੱਖਾਂ ਨੂੰ ਖਤਮ ਕਰੇ, ਬਾਹਰ ਦੇ ਦੁੱਖ ਤੇ ਕੁਛ ਵੀ। ਅੰਦਰ ਦੇ ਦੁੱਖ ਕਿਹੜੇ ਨੇ? ਵਿਕਾਰ, ਆਸਾ, ਤ੍ਰਿਸ਼ਨਾ, ਨਿੰਦਿਆ, ਚੁਗਲੀ, ਵਿਰੋਧਤਾ, ਈਰਖਾ, ਇਤਰਾਸ਼ਤਾ ਨਾ ਭਰੀ।
ਕਿ ਇਹ ਨਿਕਲ ਜਾਏਗੀ ਤੇ ਉਸੇ ਦਿਨ ਤੋਂ ਜੀਵਨ ਬਦਲਾ ਹੋ ਜਾਏਗਾ। ਜਿਨ੍ਹਾਂ ਨੇ ਗੁਰੂ ਦੀ ਸਿਫਤ ਨੂੰ ਸੁਣਿਆ, ਗੁਰੂ ਦੇ ਪ੍ਰੇਮ ਨੂੰ ਗਾਇਆ ਏ, ਸੁਮਤ ਸਦਨ ਵਿਧ ਬਦਨ ਕੁਮਤ ਕਦਨੀ ਸ਼ਿਆਮ ਜਲ। ਇਹ ਕਥਾ ਸਤਿਗੁਰ ਦੀ ਮਹਿਮਾ ਜੀਵਨ ਦੀਆਂ ਕਾਲਖਾਂ ਨੂੰ ਕੱਟ ਦਿੰਦੀ ਆ, ਗੋ ਮਾਰਗ ਦਰਸ਼ਨ ਕਰਦੀ ਹੈ। ਗੁਰੂ ਦੀ ਕਥਾ ਸੁਣਿਆ ਤੂੰ ਜੀਵਨ ਵਿੱਚ ਚੱਲਣਾ ਆ ਜਾਂਦਾ, ਲੋਕੀ ਕਹਿੰਦੇ ਤੇਰੀ ਚ ਇੰਨਾ ਹੌਸਲਾ ਕਿੱਥੋਂ ਆ ਜਾਂਦਾ, ਤੂੰ ਡਰਦਾ ਹੀ ਨਹੀਂ ਕਿਸੇ, ਤੂੰ ਏਡਾ ਬ੍ਰੇਵ ਏਡਾ ਬਹਾਦਰ ਕਿਵੇਂ ਹੋ ਗਿਆ, ਹੋਇਆ ਕਿੱਥੋਂ? ਕਹਿੰਦੇ ਗੁਰੂ ਦੀ ਮਹਿਮਾ ਸੁਣ ਸੁਣ ਕੇ ਜੈਸੇ ਸਤਿਗੁਰ ਬਾਰੇ ਸੁਣਿਆ ਉਹੋ ਜੇ ਪਿਆਰੇ ਦੇ ਗੁਣ ਜੀਵਨ ਵਿੱਚ ਆ ਗਏ। ਆਖੋ ਸਤਨਾਮ, ਬੰਦਾ ਜੋ ਸੁਣਦਾ ਹੈ ਉਹੋ ਜਿਹਾ ਬਣਦਾ ਹੈ, ਇਨਸਾਨ ਜੋ ਦੇਖਦਾ ਹੈ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਉਹਦਾ ਪ੍ਰਭਾਵ ਪੈਂਦਾ ਜੀਵਨ, ਉਹਦੀ ਚਾਲ ਢਾਲ ਬੋਲ ਬਾਣੀ ਉਹੋ ਜਿਹੀ ਹੋ ਜਾਂਦੀ। ਕਹਿੰਦੇ ਜਿਹੜੇ ਸਤਿਗੁਰ ਤੋਂ ਪ੍ਰਭਾਵਿਤ, ਗੁਰੂ ਤੋਂ ਪ੍ਰਭਾਵਿਤ, ਉਹਨਾਂ ਦਾ ਜੀਵਨ ਦੱਸਦਾ ਇਹ ਅੰਦਰੋਂ ਜੁੜਿਆ ਹੋਇਆ ਹੈ, ਇਹ ਕਿਰਪਾ ਦਾ ਪਾਤਰ ਹੈ। ਮਨ ਮੋਹਨ ਕੀ ਪ੍ਰਿਯ ਪ੍ਰਵਾਹ ਪਾਵਨ ਬਹਿ ਧਰਨੀ। ਕਹਿੰਦੇ ਇਹ ਜਿਹੜੀ ਨਦੀ ਆ ਨਾ ਜਮਨਾ, ਗੁਰੂ ਦੇ ਪਿਆਰ ਦੀ ਕਵੀ, ਕਹਿੰਦੇ ਇਹਦੇ ਚੱਲਦੇ ਰਹਿਣਾ, ਬੜਿਆਂ ਦਾ ਮਨ ਮੋਹ ਜਾਂਦੀ ਹੈ, ਬੜੇ ਡੁੱਬ ਵੀ ਜਾਂਦੇ ਆ, ਕਈ ਆਏ ਕੱਚੇ ਕੱਚੇ ਪਾਲ, ਤੈਰਨਾ ਨਹੀਂ ਸੀ ਆਉਂਦਾ, ਆ ਕੇ ਜਮਨਾ 'ਚ ਛਾਲ ਮਾਰੀ, ਕਹਿੰਦੇ ਗੋਤਾ ਖਾਧਾ ਅਤੇ ਡੁੱਬ ਕੇ, ਕਹਿੰਦੇ ਡੁੱਬਦੇ ਡੁੱਬਦੇ ਬਾਹਰ ਆ ਕੇ ਮੁੜ ਕੇ ਨਹੀਂ ਆਏ। ਕਹਿੰਦੇ ਗੁਰੂ ਦੀ ਮਹਿਮਾ ਵਿੱਚ ਕੱਚੇ ਤਾਰੂ ਸਦਾ ਭੱਜਣਗੇ, ਇਸ ਨਦੀ ਵਿੱਚ ਤੈਰਨਗੇ ਉਹ ਜਿਹੜੇ ਗੁਰੂ ਦੀ ਗੱਲ ਸੁਣਦੇ ਸੁਣਦੇ, ਕਥਾ ਸੁਣਦੇ ਸੁਣਦੇ ਜਮਨਾ ਦੇ ਭੇਤੀ ਹੋ ਗਏ। ਆਖੋ ਸਤਨਾਮ, ਸਾਰੇ ਥੋੜ੍ਹਾ ਕਥਾ ਸੁਣਦੇ ਆ, ਜਿੱਦਣ ਤੋਂ ਆਰੰਭ ਹੋਈ ਸੀ ਕਿੰਨੇ ਸੀ, ਕੌਣ ਸੀ, ਅੱਜ ਕੌਣ ਨੇ, ਆਰੰਭਤਾ ਵੇਲੇ ਫੜਾ ਮਾਰਨ ਵਾਲੇ ਅੱਜ ਨਹੀਂ ਦੱਸਦੇ, ਅੱਜ ਵਾਲੇ ਸਾਲ ਨੂੰ ਨਹੀਂ ਹੋਣਗੇ, ਸਾਲ ਵਾਲੇ ਦੋ ਸਾਲਾਂ ਨੂੰ ਨਹੀਂ, ਚਾਰ ਵਾਲੇ ਪੰਜ ਨੂੰ ਨਹੀਂ ਹੋਣਗੇ, ਕੱਚੇ ਪੱਕੇ ਭੱਜੀ ਜਾਣਗੇ, ਅਤੇ ਪੱਕੇ ਜਿਹੜੇ ਗੁਰੂ ਨਾਲ ਜੁੜੇ ਸੀ ਅੱਜ ਵੀ ਜੁੜੇ ਆ, ਕਈ ਤਾਂ ਲੋਕਾਂ ਨਾਲ ਹੀ ਕਹਿੰਦੇ ਫਿਰੀ ਕੇ, ਕਹਿੰਦੇ ਉਹ ਆਉਂਦਾ ਮੈਂ ਨਹੀਂ ਆਉਂਦਾ, ਉਹ ਸੱਤ ਫੇਸ ਵਾਲਾ ਫਲਾਣਾ ਆਇਆ ਹੋਇਆ ਮੈਂ ਤਾਂ ਨਹੀਂ ਜਾਂਦਾ, ਉਹ ਨੌ ਫੇਸ ਤੋਂ ਫਲਾਣਾ ਆਉਂਦਾ ਮੈਂ ਵੀ ਨਹੀਂ ਜਾਣਾ, ਕਿਉਂਕਿ ਉਹ ਆਉਂਦਾ, ਉਹ ਕੌਣ ਸੀ, ਕੱਚੇ ਤਾਰੂ, ਉਹਨਾਂ ਦਾ ਕਥਾ ਨਾਲ ਸਮਾਂ ਨਹੀਂ ਸੀ, ਲੋਕਾਂ ਨਾਲ ਆਉਂਦੇ ਸੀ, ਉਹਨਾਂ ਨੂੰ ਕਹਿੰਦੇ ਨਦੀ ਦੀਆਂ ਛੱਲਾਂ ਬਰਦਾਸ਼ਤ ਨਾ ਹੋਈਆਂ, ਉਹ ਡੁੱਬਦੇ ਗਏ ਵਿਕਾਰਾਂ ਦੇ ਬੋਝ ਨਾਲ, ਕਹਿੰਦੇ ਜਿਹਨਾਂ 'ਤੇ ਗੁਰੂ ਦੀ ਕਿਰਪਾ, ਉਹ ਇਸ ਵਹਿਣ ਦੇ ਨਾਲ ਬਹਿਣਾ ਸਿੱਖ ਗਏ, ਮੱਛੀ ਵਾਂਗੂ ਤੈਰਦੇ ਹਨ। ਸਵਿਤਾ ਸੁਤਾ ਸੁਜਾਨ ਤ੍ਰਾਸ ਜਮ ਦੂਤ ਨਿਵਰਨੀ। ਕਹਿੰਦੇ ਮੈਂ ਪ੍ਰਮਾਣ ਜਮਨਾ ਦਾ ਕਿਉਂ ਦਿੱਤਾ, ਜਿਵੇਂ ਲੋਕ ਸੂਰਜ ਨੂੰ ਪਾਣੀ ਦਿੰਦੇ ਆ ਅਤੇ ਜਮਨਾ 'ਤੇ ਇਸ਼ਨਾਨ ਕਰਦੇ ਆ, ਵੀ ਸੂਰਜ ਦੀ ਪੁੱਤਰੀ ਜਮਨਾ ਇਹਦੇ 'ਤੇ ਨਹਾਇਆ ਤੋਂ ਸੂਰਜ ਅਤੇ ਉਹਦਾ ਜਿਹੜਾ ਪੁੱਤਰ ਆ ਕਿ ਧਰਮਰਾਜ ਉਹ ਬਚਾਉ ਸਾਨੂੰ, ਵੀ ਇਹ ਮੇਰੇ ਪਰਿਵਾਰ ਨਾਲ ਪਿਆਰ ਰੱਖਦੇ ਆ। ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਪਰਮੇਸ਼ਰ ਸੂਰਜ ਨੇ, ਉਹਨਾਂ ਦੇ ਧੀ ਪੁੱਤਰ, ਉਹਨਾਂ ਦੀ ਮਹਿਮਾ, ਸਤਸੰਗ ਜਿਹੜੇ ਇਸ ਸੰਗਤ ਦੀ ਨਦੀ ਵਿੱਚ ਨਹਾਉਂਦੇ ਆ ਨਾ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਉਹ ਤਰ ਜਾਂਦੇ, ਪਾਰ ਹੋ ਜਾਂਦੇ, ਜੀਵਨ ਪਵਿੱਤਰ ਉੱਚਾ ਅਤੇ ਸੁੱਚਾ ਹੋ ਜਾਂਦਾ ਹੈ। ਕਵੀ ਜੀ ਨੇ ਅੱਜ ਮੁਆਫ਼ੀਨਾਮੇ ਤੋਂ ਬਾਅਦ ਦੱਸੇ ਸਤਿਗੁਰਾਂ ਦੇ ਚਰਨਾਂ ਵਿੱਚ ਚਰਨ ਵੰਦਨਾ ਕੀਤੀ ਹੈ, ਕਥਾ ਦੀ ਬਿਲਕੁਲ ਸਮਾਪਤੀ ਹੈ, ਆਖਰੀ ਇੱਕ ਮੰਗਲਾ ਚਰਨ ਰਹਿ ਗਿਆ ਕੱਲ੍ਹ ਦੀ ਕਥਾ 'ਚ, ਉਹਦੀ ਸਮਾਪਤੀ ਉਪਰੰਤ ਆਨੰਦ ਸਾਹਿਬ ਅਰਦਾਸ ਹੋਏਗੀ, ਉਪਰੰਤ ਸਤਿਗੁਰਾਂ ਦੇ ਮੁੱਖ ਵਾਕ ਕੱਲ੍ਹ ਦੇ ਦੀਵਾਨਾਂ ਵਿੱਚ ਹੋਣਗੇ, ਸੰਪੂਰਨ ਸਮਾਪਤੀ ਹੈ, ਉਸ ਤੋਂ ਬਾਅਦ ਸਮੁੱਚੀਆਂ ਸੰਗਤਾਂ ਅਤੇ ਗੁਰੂ ਘਰ ਦੇ ਸਹਿਯੋਗ ਨਾਲ
ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਆ। ਹਰ ਵਾਰ ਦੀ ਤਰ੍ਹਾਂ ਜੋ ਮਰਿਆਦਾ ਹੈ, ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੇਂ ਨਾਲ ਪਹੁੰਚ ਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਗੁਰੂ ਘਰ ਜੁੜ ਕੇ ਸਤਿਗੁਰਾਂ ਦੀ ਅਰਦਾਸ ਵਿੱਚ ਜੁੜ ਕੇ ਹੋਈਆਂ ਭੁੱਲਾਂ ਦੀ ਮਾਫ਼ੀ ਮੰਗੀਏ। ਪਾਤਸ਼ਾਹ ਕਥਾ ਸੁਣਦਿਆਂ ਕਰਦਿਆਂ ਤੋਂ ਬੜੇ ਗੁਨਾਹ ਹੋਏ ਹੋਣਗੇ, ਵੱਧ ਘੱਟ ਵੀ ਬੋਲਿਆ ਗਿਆ, ਮੰਦਾ ਚੰਗਾ ਕਿਹਾ ਵੀ ਗਿਆ ਹੋਣਾ, ਕਿਸੇ ਨੂੰ ਕਿਰਪਾ ਕਰਕੇ ਬਖਸ਼ਿਓ ਅਤੇ ਅੱਗੋਂ ਕਿਰਪਾ ਕਰਿਓ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਕਥਾ ਨੂੰ ਬੜੇ ਪ੍ਰੇਮ ਨਾਲ, ਰਸ ਨਾਲ, ਸਲੀਕੇ ਨਾਲ, ਆਪ ਜੀ ਦੀ ਦਇਆ ਦੀ ਦ੍ਰਿਸ਼ਟੀ ਹੇਠਾਂ ਬੈਠ ਕੇ ਸਰਵਣ ਕਰਕੇ ਜੀਵਨ ਸਫਲਾ ਬਣਾਈਏ। ਸੰਗਤਾਂ ਨੂੰ ਬੇਨਤੀ ਕਰ ਸਮਾਪਤੀ ਦੇ ਸਮਾਗਮਾਂ 'ਤੇ ਪੁੱਜ ਕੇ ਜੁੜ ਕੇ ਸੇਵਾਵਾਂ ਵਿੱਚ ਹਿੱਸੇ ਪਾ ਕੇ ਆਨੰਦ ਮਾਣਿਓ। ਸਮੇਂ ਦੀ ਸਮਾਪਤੀ ਹੈ। ਵਾਹਿਗੁਰੂ ਵਾਹਿਗੁਰੂ।